ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਸ੍ਰੀ ਗੁਰ ਤੇਗ ਬਹਾਦਰ ਨੰਦਨ ਬੰਦਨ ਜੋਗ ਨਿਕੰਦਨ ਪੀਰਾ ਵਾਹ ਬਾਗ ਫੁਰੈ ਜਿਸ ਰੀਤ ਕਰੈ ਸਭ ਸਿੱਧ ਤਰੈ ਤਰਨੀ ਜਿਮ ਤੀਰਾ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਨ ਮੁਕੱਦਸ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਨਿਵਾਜਿਸ਼ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰਮਤਮਈ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ਾਮ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ ਸਾਹਿਬ ਜੀ ਦੇ ਦਰ ਤੋਂ ਨਿਵਾਜੇ ਹੋਏ ਹਜ਼ੂਰੀ ਕੀਰਤਨੀਆਂ ਤੋਂ ਸਿੰਘ ਸਾਹਿਬਾਨਾਂ ਤੋਂ ਆਪਣੇ ਸੋਦਰ ਕੀ ਚੌਂਕੀ ਦੇ ਸ਼ਬਦ ਗਾਇਨ ਫਿਰ ਹਰ ਕੀਰਤ ਹਮਰੀ ਰਹਿ ਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤਾ ਜੀ ਕੇ ਗਾਇਨ ਫਿਰ ਮਹਾਰਾਜ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਅਰਦਾਸਾਂ ਭੇਟ ਕੀਤੀਆਂ ਨੇ ਫਿਰ ਮਹਾਰਾਜ ਦੇ ਅੰਮ੍ਰਿਤ ਹੁਕਮਨਾਮੇ ਆਪ ਨੇ ਸਰਵਣ ਕੀਤੇ ਨੇ ਆਪਣੀ ਝੋਲੀ 'ਚ ਪੁਆਏ ਨੇ ਕੁਝ ਸਮਾਂ ਹੋਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅੰਮ੍ਰਿਤ ਜੀਵਨ ਗਾਥਾ ਜੋ ਸਾਡੇ ਜੀਵਨ ਦੇ ਹਰ ਤਰ੍ਹਾਂ ਦੇ ਦੁੱਖ ਦੇ ਜ਼ਹਿਰ ਨੂੰ ਖਤਮ ਕਰਕੇ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਅੰਮ੍ਰਿਤ ਨਾਲ ਭਰ ਸਕਦੀ ਹੈ ਐਸੀ ਅੰਮ੍ਰਿਤ ਗਾਥਾ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਕੋਈ ਫਿਕਰ ਨਾ ਕਰਨਾ ਸਾਰੇ ਫਿਕਰ ਛੱਡ ਦਿਓ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਤੱਖ ਜਿੱਥੇ ਦੀਦਾਰ ਹੁੰਦੇ ਨੇ ਉਸ ਘਰ ਵਿੱਚ ਆਏ ਹੋ ਗੁਰੂ ਤੁਹਾਡੀਆਂ ਸਾਰਿਆਂ ਦੀਆਂ ਝੋਲੀਆਂ ਆਪ ਹੀ ਭਰ ਦੇਵੇਗਾ ਫਿਕਰ ਨਾ ਕਰਨਾ ਕੋਈ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੋਵੇ ਆਨੰਦ ਪ੍ਰਾਪਤ ਹੋਵੇ ਇਸ ਲਈ ਜਿਤਨੇ ਹਾਜ਼ਰੀ ਭਰ ਰਹੇ ਹੋ ਪਹਿਲੇ ਦੋਵਾਂ ਹੱਥਾਂ ਨੂੰ ਜੋੜੋ ਫਿਰ ਮਹਾਰਾਜ ਜੀ ਦਾ ਪ੍ਰਤੱਖ ਦੀਦਾਰ ਸਤਿਕਾਰ ਅਤੇ ਨਮਸਕਾਰ ਕਰਦਿਆਂ ਗੱਜ ਕੇ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੇ ਅੰਮ੍ਰਿਤ ਬਚਨ ਬਾਲ ਕਥੜੀਆਂ ਸਰਵਣ ਕਰਦਿਆਂ ਇਤਨਾ ਆਪਣੇ ਸਰਵਣ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦ ਪਟਨੇ ਦੇ ਤਮਾਮ ਨਵਾਬ ਉਹਨਾਂ ਦੇ ਬੱਚੇ ਬਹੁਤ ਸਾਰੇ ਧਨੀ ਵਪਾਰੀਆਂ ਦੇ ਬੱਚੇ ਜਿਨ੍ਹਾਂ ਦੇ ਆਪਣੇ ਆਪਣੇ ਬਾਗ ਸਨ ਸੁਭਾਗ ਹੋਵੇ ਤਾਂ ਸਤਿਗੁਰੂ ਜੀ ਦਾ ਮੇਲ ਹੁੰਦਾ ਹੈ ਕੁਝ ਉਮਰ ਵਿੱਚ ਵੱਡੇ ਵੀ ਸਨ ਮਹਾਰਾਜ ਤੋਂ
मैं फिर कहना फिक्र कोई ना करो, ध्यान नाल महाराज दे दीदार करो। एक बारी आखो धन गुरु गोबिंद सिंह महाराज जी का खंडा केवल बाटे विच ही अमृत नहीं भरदा, गुरु गोबिंद सिंह जी दे दीदार दी बरकत जीवन नू भी अमृतमयी कर देंदी। बड़े प्रेम नाल आखो धन गुरु गोबिंद सिंह महाराज। एक बारी सारे गज के आखो जी महाराज जी दे कोल आए, बड़ी श्रद्धा अकीदत ते प्यार नाल गुजारिश कीतियां, इल्तजा कीतियां, आख्या थोड़े पेशे खिदमत विच हाजिर हो के इल्तजा करदे आं, आप चल के साडे बागां विच सैर करो। ਇਹ ਕੋਈ ਬਾਗ ਦਿਖਾਉਣ ਦੇ ਘਰ ਕਰਕੇ ਨਹੀਂ, ਵੀ ਸਾਡਾ ਬੜਾ ਸੋਹਣਾ ਬਾਗ ਹੈ ਅਤੇ ਮਹਾਰਾਜ ਨੂੰ ਦਿਖਾਈਏ ਖੁਰੇ ਇਹਨਾਂ ਦਾ ਬਾਗ ਹੈ ਕਿ ਨਹੀਂ ਹੈ, ਬਲਕਿ ਇਸ ਲਈ ਵੀ ਸਾਡੇ ਬਾਗਾਂ ਵਿੱਚ ਸਾਡੇ ਬਗੀਚਿਆਂ 'ਚ ਗੁਰੂ ਕਲਗੀਧਰ ਦੇ ਚਰਨ ਪੈ ਜਾਣ ਅਤੇ ਜਿੰਨਾ ਚਿਰ ਜੀਵੀਏ ਸੰਸਾਰ ਰਹੇ ਸਾਡੇ ਪਰਿਵਾਰਾਂ ਰੂਪੀ ਬਾਗ ਵਿੱਚ ਖੇੜਾ ਬਣਿਆ ਹੀ ਰਹੇ। ਇਸ ਲਈ ਮਹਾਰਾਜ ਦੇ ਚਰਨ ਪਵਾ ਰਹੇ, ਬਿਲਕੁਲ ਸੇਮ ਕਾਰਨ ਹੈ। ਅੱਜ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਆਪਣੇ ਘਰ ਪਵਾਉਂਦੇ ਹੋ, ਜ਼ਰੂਰ ਪਵਾਇਆ ਕਰੋ। ਜਿਵੇਂ ਪੁੱਤਰ ਮਕਾਨ ਬਣਾਵੇ ਨਾ ਅਤੇ ਪਿਤਾ ਦੂਜੇ ਭਰਾ ਕੋਲ ਰਹਿੰਦਾ ਹੋਵੇ, ਦੂਜੇ ਪੁੱਤਰ ਕੋਲ, ਅਤੇ ਉਹਦਾ ਮਨ ਕਰਦਾ ਵੀ ਪੁੱਤਰ ਛੇਤੀ ਮਕਾਨ ਬਣਾਵੇ ਅਤੇ ਮੈਂ ਜਾ ਕੇ ਦੇਖਾਂ ਕਿਹੋ ਜਿਹਾ ਬਣੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਮਨ ਕਰਦਾ ਹੈ ਭਈ ਮੇਰੇ ਬੱਚੇ ਦਾ ਮਕਾਨ ਬਣਿਆ ਅਤੇ ਮੈਂ ਜਾ ਕੇ ਬਰਕਤਾਂ ਦੇ ਆਵਾਂ, ਦੁਕਾਨ ਬਣੀ ਹੈ ਅਤੇ ਮੈਂ ਆਸੀਸਾਂ ਦੇ ਆਵਾਂ, ਪਦਵੀ ਮਿਲੀ ਹੈ ਅਤੇ ਮੈਂ ਹੋਰ ਜ਼ਿਆਦਾ ਖੁਸ਼ੀਆਂ ਝੋਲੀ 'ਚ ਪਾਵਾਂ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਆਪਣੇ ਘਰ ਜ਼ਰੂਰ ਪਵਾਇਆ ਕਰੋ। ਮਹਾਰਾਜ ਜੀ ਦਾ ਵੀ ਮਨ ਕਰਦਾ ਹੈ, ਤੁਹਾਡਾ ਮਨ ਕਰਦਾ ਨਾ ਤੁਹਾਡੇ ਬੱਚੇ ਤੁਹਾਡੇ ਘਰ ਆਉਣ। ਆ ਇੱਕ ਛੋਟਾ ਜਿਹਾ ਬੱਚਾ ਕੱਲ੍ਹ ਦਾ ਜੈਕਾਰੇ ਬੁਲਾਈ ਜਾ ਰਿਹਾ ਅਤੇ ਮੈਨੂੰ ਇੰਝ ਲੱਗਦਾ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਥਾ ਸਾਨੂੰ ਬਖਸ਼ ਕੇ ਅਤੇ ਖੁਸ਼ ਹੋ ਕੇ ਆਪ ਹੀ ਜੈਕਾਰੇ ਬੁਲਾ ਰਹੇ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ, ਬਾਲ ਕੰਠ ਗੋਪਾਲ ਕੰਠ ਹੁੰਦਾ ਹੈ। ਹਜ਼ਰਤ ਈਸਾ ਕਹਿੰਦੇ ਚਿਲਡਰਨ ਇਜ਼ ਗੋਡ, ਬੜਾ ਕੋਮਲ, ਬੜਾ ਨਿਰਮਲ, ਬੜਾ ਪਾਕ ਸਾਫ ਹਿਰਦਾ। ਜਿਸ ਘਰ ਵਿੱਚ ਬੱਚੇ ਜਪਣ ਲੱਗ ਪੈਣ, ਬੱਚੇ ਕੁਰਬਾਨੀਆਂ ਦਿੱਤੀਆਂ ਨੇ, ਅੱਜ ਦਿਹਾੜਾ ਹੈ ਕੁਰਬਾਨੀਆਂ ਦਾ, ਚਮਕੌਰ ਦਾ ਮਹਾਰਾਜ ਜੀ ਦਾ ਜੰਗ ਹੋਇਆ, ਦੁਨੀਆਂ ਦਾ ਆਸਾਵਾਂ ਜੰਗ, ਇੱਕ ਪਾਸੇ 10 ਲੱਖ ਫੌਜਾਂ ਅਤੇ ਇੱਕ ਪਾਸੇ 40 ਸਿੱਖ, ਉਹ ਵੀ ਭੁੱਖੇ ਕਈਆਂ ਦਿਨਾਂ। ਇਸ ਤਰ੍ਹਾਂ ਦਾ ਗੈਰ ਤਵਾਜ਼ਨ ਜੰਗ ਕੋਈ ਹੋਇਆ ਨਹੀਂ ਹੋਣਾ ਦੁਨੀਆਂ 'ਤੇ। ਜਿਸ ਤਰ੍ਹਾਂ ਦਾ ਗੈਰ ਤਵਾਜ਼ਨ ਜੰਗ, ਆਸਾਵਾਂ ਜੰਗ, ਫੌਜਾਂ ਦਾ ਕੋਈ ਮੁਕਾਬਲਾ ਹੀ ਨਹੀਂ। ਇੱਕ ਪਾਸੇ ਬਹੁਤ ਤੋਪਾਂ, ਰੈਕਲੇ, ਜੰਬੂਰੇ, ਊਠ, ਹਾਥੀ, ਘੋੜੇ, ਅਤੇ ਇੱਕ ਪਾਸੇ ਨੰਗਿਆਂ ਪੈਰਾਂ ਵਾਲੀ ਫੌਜ, ਪੈਰੀ ਜੋੜਾ ਵੀ ਕੋਈ, ਅਤੇ ਕੋਈ ਕਿਲ੍ਹਾ ਵੀ ਕੋਈ ਨਹੀਂ। ਇੱਕ ਪਾਸੇ ਔਰੰਗਜ਼ੇਬੀ ਸਰਕਾਰ, 28 ਪਰਗਣਿਆਂ ਦੀ ਸੈਨਾ ਵਜ਼ੀਰ ਖਾਨ ਦੇ ਨਾਲ, 22 ਪਹਾੜੀ ਰਿਆਸਤਾਂ ਦੀ ਸੈਨਾ, ਥੋੜ੍ਹੀ ਜਿਹੀ ਨਹੀਂ ਸੀ, ਰੰਗੜ ਚੰਗੜ ਸਭ ਨਾਲ ਮਿਲੇ ਹੋਏ। ਉਹਨਾਂ ਸੋਚਿਆ ਚਿਰਾਗ ਹੈ ਬੁੱਝ ਜਾਏਗਾ,
ਅਲੋਪ ਹੋ ਜਾਏਗਾ, ਮਰੀਆ ਮੇਟ ਕਰ ਦੇਵਾਂਗੇ, ਨੇਸਤੋ ਨਾਬੂਦ ਕਰ ਦੇਵਾਂਗੇ। ਪਰ ਉਹਨਾਂ ਨੂੰ ਕੀ ਪਤਾ ਸੀ, ਉਹ ਚਿਰਾਗ ਨਹੀਂ ਸੂਰਜਾਂ ਦੇ ਮਹਾਂ ਸੂਰਜ ਹਨ। ਸੂਰਜ ਦੀ ਵੀ ਰੋਸ਼ਨੀ ਮੁੱਕ ਸਕਦੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਰੋਸ਼ਨੀ ਨਹੀਂ ਮੁੱਕ ਸਕਦੀ। ਮਹਾਰਾਜ ਜੀ ਦੇ ਬੱਚਿਆਂ ਦੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਆਉਂਦਿਆਂ ਇੱਕ ਵਾਰੀ ਵੱਡਾ ਸਾਰਾ ਜੈਕਾਰਾ ਸਾਰੇ ਮਿਲ ਕੇ ਬੁਲਾਓ। ਮਹਾਰਾਜ ਜੀ ਦੀਆਂ ਯਾਦਾਂ ਬੜੀਆਂ ਵੱਡੀਆਂ ਹਨ, ਬੜੀਆਂ ਬਰਕਤਾਂ ਹਨ। ਸਾਰਾ ਸੰਸਾਰ ਮੁੱਕ ਸਕਦਾ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈ ਜੈਕਾਰ ਨਹੀਂ ਮੁੱਕ ਸਕਦੀ, ਵਡਿਆਈਆਂ ਨਹੀਂ ਮੁੱਕ ਸਕਦੀਆਂ। ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਮਹਾਰਾਜ ਜੀ ਦੇ ਚਰਨ ਪਵਾਉਣ ਵਾਸਤੇ ਉਹ ਪ੍ਰਾਰਥਨਾ ਕਰਦੇ ਨੇ, ਬਈ ਆਓ ਸਾਡੇ ਬਾਗ ਵਿੱਚ ਚਰਨ ਪਾਓ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਆਗਿਆ ਦੇ ਦਿੱਤੀ, ਆਖਿਆ ਠੀਕ ਹੈ, ਤੁਸੀਂ ਜਾਓ। ਗਾਏ ਜਾਏ ਗਏ ਬਿਨ ਰਹੋ ਜਿਨ, ਬੈਣ ਮੇਰੇ ਮਾਨੋ ਇਮ। ਜਿਨ ਦਾ ਮਤਲਬ ਹੈ ਨਾ, ਜਿਹੜਾ ਜਿਨ ਸ਼ਬਦ ਹੈ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ। ਇੱਥੇ ਜਿਨ ਸ਼ਬਦ ਦਾ ਅਰਥ ਅਸੀਂ ਸੋਚਦੇ ਹਾਂ ਵੀ ਜਿਨ੍ਹਾਂ ਨੂੰ ਆਪਣੀ ਕਰਕੇ ਮੰਨਦਾ ਹੈ, ਪਰ ਜਿਨ ਦਾ ਅਰਥ ਇੱਥੇ ਹੈ ਨਾ ਆਪਣੀ ਕਰ ਮਾਨ, ਆਪਣੀ ਕਰਕੇ ਨਾ ਮਾਨ। ਪੜ੍ਹ ਲੈਣਾ ਤੁਸੀਂ, ਭਾਈ ਸਾਹਿਬ ਜੀ ਨੇ ਉਹੀ ਸ਼ਬਦ ਵਰਤਿਆ ਹੈ, ਗਏ ਬਿਨ ਰਹੋ ਜਿਨ। ਜੇ ਜਾਣ ਬਿਨਾਂ ਨਹੀਂ ਰਹਿ ਸਕਦੇ ਤੇ ਬੈਣ ਮੇਰੇ ਮਾਨੋ ਇਮ। ਮਾਤਾ ਜੀ ਕਹਿਣ ਲੱਗੇ ਫਿਰ ਮੇਰੇ ਇਹ ਬਚਨ ਮੰਨੋ। ਕਿਹੜੇ ਬਚਨ ਹਨ? ਮਾਤੁਲ ਕੋ ਲਿਓ ਸੰਗ ਦਾਸਨ ਕੇ ਬ੍ਰਿੰਦ ਕੋ। ਆਪਣੇ ਮਾਮਾ ਜੀ ਨੂੰ ਨਾਲ ਲੈ ਜਾਓ, ਇਕੱਲਿਆਂ ਮੈਂ ਨਹੀਂ ਜਾਣ ਰਿਹਾ। ਤੇ ਮਹਾਰਾਜ ਕਹਿੰਦੇ ਮਾਤ ਜੀ, ਅਸੀਂ ਕੋਈ ਇਕੱਲੇ ਹੈਗੇ? ਸਤਿਗੁਰੂ ਜੇ ਇਕੱਲਾ ਹੋ ਜਾਏ ਤੇ ਫਿਰ ਗੁਰੂ ਦਾ ਆਸਰਾ ਹੀ ਕੋਈ ਕਿਉਂ ਲੱਭੇ? ਗੁਰੂ ਦੇ ਨਾਲ ਤੇ ਸਾਰੀਆਂ ਬਰਕਤਾਂ। ਜਿੱਥੇ ਬਾਬਾ ਪੈਰ ਤਰੇ, ਪੂਜਾ ਆਸਣ ਥਾਪਣ ਸੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪਰ ਮਾਤਾ ਜੀਆਂ ਦੀ ਮਮਤਾ ਹੈ, ਆਖਣ ਲੱਗੇ ਜੋ ਮਰਜ਼ੀ ਹੋਵੇ ਮੈਂ ਇਕੱਲਿਆਂ ਤੇ ਨਹੀਂ ਜਾਣ ਰਿਹਾ, ਮਾਮਾ ਜੀ ਨੂੰ ਨਾਲ ਲੈ ਜਾਓ, ਸੇਵਕਾਂ ਨੂੰ ਨਾਲ ਲੈ ਜਾਓ। ਅਤੇ ਇਸ ਤਰ੍ਹਾਂ ਗਲੀਆਂ ਨੂੰ ਭਾਗ ਲਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲੀ ਵਾਰੀ ਆਪਣੇ ਆਂਗਣ 'ਚੋਂ ਬਾਹਰ ਕਰਨ ਲੱਗੇ। ਪਟਨਾ ਸਾਹਿਬ ਦੀਆਂ ਗਲੀਆਂ ਜੈਕਾਰਿਆਂ ਨਾਲ ਗੂੰਜ ਰਹੀਆਂ, ਫੁੱਲ ਵਿਛਾ ਦਿੱਤੇ ਸੰਗਤਾਂ, ਹਰ ਇੱਕ ਨੂੰ ਇੰਝ ਹੀ ਲੱਗ ਰਿਹਾ ਸੀ ਬਈ ਬਾਲਕ ਪ੍ਰਤਪਾਲਕ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਘਰ ਆਉਂਦੇ ਪਏ, ਮੇਰੇ ਘਰ ਵਾਲੀ ਆਉਂਦੇ ਪਏ। ਫੁੱਲਾਂ ਨਾਲ ਗਲੀਆਂ ਭਰ ਗਈਆਂ, ਸਜਦੇ ਆਉਣ ਲੱਗ ਪਏ, ਸਤਿਕਾਰ ਨਾਲ ਜੈਕਾਰੇ ਗੂੰਜਦੇ ਰਹੇ। ਸ੍ਰੀ ਗੁਰੂ ਤੇਗ ਬਹਾਦੁਰ ਨੰਦਨ ਬੰਧਨ ਜੋਗ ਨਿਕੰਦਨ ਪੀਰਾ। ਸੰਸਾਰ ਤੇ ਜੇ ਕੋਈ ਸਜਦੇ ਦੇ ਕਾਬਲ ਹੈ ਨਾ, ਜਿਹਨੂੰ ਸਜਦਾ ਕੀਤਾ ਜਾ ਸਕਦਾ, ਜਿਹਨੂੰ ਮੱਥਾ ਟੇਕਿਆ ਜਾ ਸਕਦਾ। ਬੰਧਨ ਜੋਗ ਦਾ ਮਤਲਬ ਹੈ ਜੋ ਬੰਧਨੀ ਹੈ, ਅਰਚਨੀ ਹੈ, ਪੂਜਨੀ ਹੈ, ਉਹ ਹੋਰ ਕੋਈ ਨਹੀਂ ਹੈ। ਸਾਡਾ ਸੁਭਾਅ ਅਸੀਂ ਕਬਰਾਂ ਨੂੰ ਹੀ ਜਾ ਸਿਰ ਨਵਾਉਂਦੇ ਹਾਂ, ਇਹ ਪਾਪ ਹੈ ਗੁਰਮਤ ਵਿੱਚ, ਇਹ ਨਾ ਕਰਿਓ ਕਦੀ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਸ ਤਰ੍ਹਾਂ ਤੀਰ ਚੁਕਾਇਆ ਸੀ ਦਾਦੂ ਦੁਆਰੇ, ਕਬਰ ਸੀ ਦਾਦੂ ਦੀ, ਤੇ ਖਾਲਸੇ ਨੇ ਮਹਾਰਾਜ ਨੂੰ ਤਨਖਾਹ ਲਾਈ ਸੀ, ਆਖਿਆ ਸੱਚੇ ਪਾਤਸ਼ਾਹ ਤੁਹਾਡੀ ਆ ਗਿਆ ਹੈ, ਮਠ ਗੋਰ ਮੜੀ ਮਠ ਭੋਲ ਨਾ ਮਾਨ, ਗੋਰ ਮੜੀ ਮਠ ਭੋਲ ਨਾ ਮਾਨ।
ਤੇ ਮਹਾਰਾਜ ਤੁਸੀਂ ਸਿਰ ਨਿਵਾਇਆ, ਤੁਹਾਨੂੰ ਤਨਖਾਹ ਲੱਗਣੀ। ਤੇ ਸਾਹਿਬ ਮੁਸਕੁਰਾ ਪਏ ਤੇ ਆਖਿਆ, ਮੇਰਾ ਖਾਲਸਾ ਇਮਤਿਹਾਨ ਪਾਸ ਕਰ ਗਿਆ, ਡਰਦਾ ਨਹੀਂ, ਜੇ ਮੈਂ ਵੀ ਕੁਝ ਇਹੋ ਜਿਹਾ ਕਰਾਂਗਾ ਮੈਨੂੰ ਵੀ ਤਨਖਾਹ ਲੱਗੇ। ਮੇਰਾ ਮਨ ਖੁਸ਼ ਹੋਇਆ, ਮੈਂ ਜਿਹੋ ਜਿਹਾ ਖਾਲਸਾ ਸਾਜਿਆ ਸੀ ਉਹ ਜਿਹਾ ਮੈਨੂੰ ਰਿਜ਼ਲਟ ਮਿਲ ਗਿਆ ਹੈ। ਮਹਾਰਾਜ ਦੀ ਦੇਖ ਹੋਈ ਸੀ ਤੇ ਅਸੀਂ ਸਾਰੀ ਮਰਿਆਦਾ ਦਾ ਉਲੰਘਣਾ ਕਰ ਜਾਂਦੇ ਹਾਂ। ਕਈਆਂ ਨੂੰ ਦੇਖਿਆ ਕੀਰਤਨ ਕਰਦਿਆਂ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਲੱਗ ਪੈਣਗੇ ਕਰਨ। ਇਹ ਨਿਰੋਲ ਕੀਰਤਨ ਦੀ ਮਰਿਆਦਾ ਦੀ ਘੋਰ ਉਲੰਘਣਾ, ਇਹ ਨਹੀਂ ਕਰਨਾ ਚਾਹੀਦਾ। ਕਈ ਵਿੱਚ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਨਾਨਕ, ਆਖੋ ਧੰਨ ਗੁਰੂ ਨਾਨਕ ਪਰ ਕੀਰਤਨ ਵਿੱਚ ਨਹੀਂ। ਕੀਰਤਨ ਵਿੱਚ ਕੇਵਲ ਕੀਰਤਨ, ਕਥਾ ਵਿੱਚ ਕੇਵਲ ਕਥਾ, ਪਾਠ ਵਿੱਚ ਕੇਵਲ ਪਾਠ। ਪਰ ਜਿਹੜਾ ਇਹਨਾਂ ਨੂੰ ਆਖੇ ਉਹਦੇ ਗਲ ਪੈਣ ਨੂੰ ਫਿਰਦੇ ਨੇ, ਅੰਦਰੋਂ ਕ੍ਰੋਧ ਨਾਲ ਭਰੇ ਹੋਏ, ਜ਼ਹਿਰੀਲੇ ਕ੍ਰੋਧ ਨਾਲ ਭਰੇ। ਵਾਹਿਗੁਰੂ ਵਾਹਿਗੁਰੂ ਕਰਦਿਆਂ ਤੇ ਅੰਮ੍ਰਿਤ ਬਣ ਜਾਣਾ ਚਾਹੀਦਾ, ਕਰੋ ਵਾਹਿਗੁਰੂ ਵਾਹਿਗੁਰੂ। ਇਹ ਸਾਡੀ ਵਿਅਕਤੀਗਤ ਬੰਦਗੀ ਹੈ, ਸੰਗਤੀ ਬੰਦਗੀ ਕੀਰਤਨ ਹੈ, ਕਥਾ ਹੈ। ਪਰ ਆਖ ਕੇ ਦੇਖ ਲਓ, ਮਜ਼ਾਲ ਹੈ ਕਿਤੇ ਮੰਨ ਜਾਣਗੇ, ਸਗੋਂ ਉਲਟਾ ਆਖਣਗੇ ਮੇਰੀ ਗੱਲ ਮੰਨੋ। ਇਹਦਾ ਮਤਲਬ ਹੈ ਆਪਣੇ ਅੰਦਰ ਕਲਾ ਹੈ, ਗਲਾ ਹੈ, ਆਪਣਾ ਬੜਾ ਮਾਣ ਹੈ ਪਰ ਗੁਰੂ ਦਾ ਮਾਣ ਅੰਦਰ ਕੋਈ ਨਹੀਂ, ਮੰਨਣੀ ਨਹੀਂ ਜਦ ਗੱਲ, ਫਿਰ ਕਾਹਦਾ ਮਾਣ। ਜਪਣ ਲਈ ਮਹਾਰਾਜ ਪ੍ਰੇਰਨਾ ਕਰਦੇ ਨੇ, ਪਰ ਸਾਡਾ ਸੰਗਤੀ ਨਿਤਨੇਮ ਆਸਾ ਕੀ ਵਾਰ, ਕੋਈ ਵਾਹਿਗੁਰੂ ਵਾਹਿਗੁਰੂ ਵਿੱਚ ਨਹੀਂ ਕਰ ਸਕਦਾ। ਕਿਸੇ ਨੂੰ ਹੱਕ ਨਹੀਂ ਵਿੱਚ ਹੋਰ ਹੋਰ ਕੁਝ ਕਰਨ ਦਾ, ਪਰ ਆਖੋਗੇ ਤੇ ਫਿਰ ਸਿਰ ਨੂੰ ਆ ਜਾਣਗੇ। ਇੱਥੋਂ ਹੀ ਪਤਾ ਲੱਗ ਜਾਂਦਾ ਵੀ ਮਨ 'ਚ ਕਿੰਨਾ ਕੁ ਸਤਿਕਾਰ ਹੈ। ਖੈਰ ਮੈਂ ਜ਼ਿਆਦਾ ਇੱਧਰ ਨਾ ਜਾਵਾਂ, ਆਪ ਸਾਰੇ ਸਿਆਣੇ ਪੁਰਖ ਸਰਵਣ ਕਰਦੇ ਹੋ, ਮਹਾਰਾਜ ਦੀ ਹਾਜ਼ਰੀ ਭਰਦੇ ਹੋ। ਸਤਿਗੁਰੂ ਜੀ ਦੀਆਂ ਵਡਿਆਈਆਂ ਬੜੀਆਂ ਜ਼ਿਆਦਾ, ਹਰ ਇੱਕ ਨੂੰ ਲੱਗ ਰਿਹਾ ਸੀ ਬਈ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹੀ ਘਰ ਵੱਲ ਆ ਰਹੇ, ਤੇ ਇਸ ਤਰ੍ਹਾਂ ਬਰਕਤਾਂ ਨਾਲ ਝੋਲੀਆਂ ਭਰ ਕੇ। ਕਈ ਤਾਂ ਹੁਣ ਗੁਰੂ ਨਾਨਕ ਤੇ ਵੀ ਸ਼ੱਕ ਕਰਨ ਲੱਗ ਪਏ। ਸਾਰਾ ਇਤਿਹਾਸ ਹੈ ਸਾਡਾ ਬਈ ਮਹਾਰਾਜ ਜੀ ਦਾ ਸਰੀਰ ਨਹੀਂ ਮਿਲਿਆ, ਜਦ ਉਹਨਾਂ ਨੇ ਜਾਮਾ ਬਦਲਿਆ ਸਰੀਰ ਨਹੀਂ ਮਿਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਵੀ ਸਰੀਰ ਨਹੀਂ ਮਿਲਿਆ ਸੀ, ਕਬੀਰ ਜੀ ਦਾ ਵੀ ਸਰੀਰ ਨਹੀਂ ਮਿਲਿਆ ਸੀ। ਕਹਿੰਦੇ ਨੇ ਜੀ ਇਹ ਤਾਂ ਗੁਰੂ ਦੀ ਕਿਰਤ ਤੇ ਪੜਦਾ ਪਾ ਦਿੱਤਾ, ਸ਼ਾਇਦ ਉਹਨਾਂ ਦਾ ਮਰਡਰ ਹੋ ਗਿਆ। ਇਹੋ ਜਿਹੇ ਕੁਝ ਸ਼ਬਦ ਵਰਤੇ ਬਈ ਸਰੀਰ ਕਿਉਂ ਨਹੀਂ ਮਿਲਿਆ, ਸਰੀਰ ਕਿੱਥੇ ਸੁੱਟ ਦਿੱਤਾ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉਂ ਚੇਤ ਲਾਇਆ। ਬਹੁਤ ਪੁਰਾਣੀ ਗੱਲ ਮੈਂ ਨਹੀਂ ਕਰਨ ਲੱਗਾ, 4 ਨਵੰਬਰ 1977 ਦੀ ਗੱਲ ਹੈਗੀ। ਉਸ ਦਿਨ ਬੁੱਧਵਾਰ ਦਾ ਦਿਨ ਸੀ, 4 ਨਵੰਬਰ 1977। ਅਲੀਗੜ੍ਹ ਤੋਂ 108 ਕਿਲੋਮੀਟਰ ਹੈ, ਇੰਨਾ ਹੀ ਬਰੇਲੀ ਤੋਂ ਹੈ। ਯੂਪੀ ਵਿੱਚ ਇੱਕ ਨਗਰ ਹੈ, ਅਲੀਗੜ੍ਹ ਤੋਂ 108 ਕਿਲੋਮੀਟਰ। ਬਰੇਲੀ ਤੋਂ ਬਦਾਇਓਂ ਹੋ ਕੇ ਜਾਈਏ ਤੇ ਇੰਨਾ ਕੀ ਲਗਭਗ ਪੈਂਦਾ ਹੈ, ਤੇ ਜਗ੍ਹਾ ਦਾ ਨਾਮ ਹੈ ਗੰਜ ਟੁੰਡਵਾੜਾ, ਚੇਤੇ ਕਰ ਲਓ ਸਾਰੇ। ਡੇਟ ਫਿਰ ਦੁਹਰਾ ਦੇਣਾ, 4 ਨਵੰਬਰ 1977 ਬੁੱਧਵਾਰ ਦਾ ਦਿਨ, ਅਲੀਗੜ੍ਹ ਤੇ ਬਰੇਲੀ ਤੋਂ 100 ਕਿਲੋਮੀਟਰ ਲਗਭਗ, ਸ਼ਹਿਰ ਦਾ ਨਾਮ ਹੈ ਗੰਜ ਟੁੰਡਵਾੜਾ, ਯੂਪੀ ਵਿੱਚ ਹੈਗਾ। ਉੱਥੇ ਇੱਕ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਸੀ, ਉਹਦਾ ਨਾਮ ਸਾਧੂ ਸਿੰਘ ਹੈ। ਕੀ ਨਾਮ ਹੈ? ਸਾਧੂ ਸਿੰਘ।
ਝਾੜੂ ਲਾਉਂਦਾ ਸੀ ਗੁਰਦੁਆਰੇ, ਸੇਵਾ ਕਰਦਾ ਸੀ ਗੁਰਦੁਆਰੇ, ਮੱਥਾ ਟੇਕਦਾ ਸੀ ਤੇ ਆਪਣੀ ਕਿਰਤ ਗੱਟਾ ਵੇਚ ਕੇ ਕਰਦਾ ਸੀ। ਗੱਟਾ ਹੁੰਦਾ ਉਹ ਚੀਨੀ ਦੀ ਚਾਸ਼ਣੀ ਬਣਾ ਕੇ ਨਾ ਤੇ ਬਾਂਸ ਤੇ ਲਪੇਟ ਲੈਂਦੇ, ਬਾਂਸ ਮੋਢੇ ਤੇ ਰੱਖ ਲੈਂਦੇ ਤੇ ਹੋਕਾ ਦਿੰਦੇ ਨੇ ਬੱਚਿਆਂ ਨੂੰ, ਚਿੜੀਆਂ ਬਣਾ ਕੇ ਹੋਰ ਚੀਜ਼ਾਂ ਇਸ ਤਰ੍ਹਾਂ ਬਣਾ ਕੇ ਤੇ ਤੀਲੇ ਤੇ ਲਾ ਕੇ ਵੇਚਦੇ। ਉਹਨੂੰ ਗੱਟਾ ਕਹਿੰਦੇ ਨੇ ਯੂਪੀ ਦੀ ਭਾਸ਼ਾ ਚ। ਉਸਨੇ ਕਹਿ ਦਿੱਤਾ ਸਾਧੂ ਸਿੰਘ ਨੇ ਬਈ ਮੈਂ ਸਰੀਰ ਤਿਆਗ ਜਾਣਾ ਹੈ, ਸਰੀਰ ਛੱਡ ਦੇਣਾ। ਉੱਥੇ ਮਾਤਾ ਸੁਰਜੀਤ ਕੌਰ ਨੇ ਉਹਨਾਂ ਨੂੰ ਇੱਕ ਦਿਨ ਕਹਿਣ ਲੱਗੇ ਬਈ ਇੱਥੇ ਮੇਰੇ ਸਿਰ ਵਿੱਚ ਹੱਥ ਲਾ ਕੇ ਦੇਖੋ। ਉਹਨਾਂ ਕਿਹਾ ਬਈ ਕੀ ਹੱਥ ਲਾ ਕੇ ਦੇਖਣਾ ਹੈ? ਆਖਣ ਲੱਗੇ ਦੇਖੋ ਮੇਰਾ ਦਸਵਾਂ ਦੁਆਰ ਖੁੱਲਿਆ ਹੋਇਆ। ਉਹਨਾਂ ਜਦ ਹੱਥ ਲਾ ਕੇ ਦੇਖਿਆ ਤੇ ਪੂਰੀਆਂ ਚਾਰ ਉਂਗਲਾਂ ਸਿਰ ਵਿੱਚ ਪੈ ਗਈਆਂ ਸਨ, ਖੋਪੜੀ ਦੇ ਵਿੱਚੋਂ ਪੂਰਾ ਚੱਪਾ ਪੈ ਗਿਆ ਸੀ, ਖੁੱਲਿਆ ਹੋਇਆ ਸੀ ਦਸਵਾਂ ਦੁਆਰ। ਮਹਾਰਾਜ ਕਹਿੰਦੇ ਨੇ ਖੁੱਲ ਜਾਂਦਾ ਹੈ, ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੇ ਉਹਨਾਂ ਪੁੱਛਿਆ ਬਈ ਸਾਧੂ ਸਿੰਘ ਜੀ ਤੁਹਾਡਾ ਸਤਿਕਾਰ ਕਰੀਏ ਕਿ ਤੁਹਾਡਾ ਕਿਸ ਤਰ੍ਹਾਂ ਕਰੀਏ, ਹਿੰਦੂ ਰੀਤ ਨਾਲ ਕੇ ਕਿਸ ਰੀਤ ਨਾਲ ਕਰੀਏ? ਉਹਨਾਂ ਕਿਹਾ ਮੇਰੀ ਗੱਲ ਛੱਡੋ, ਮੈਂ ਆਪਣਾ ਆਪੇ ਹੀ ਕਰ ਲਵਾਂ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਹ ਸੱਜ ਗਏ ਤੇ ਨਾਭੀ ਵਿੱਚੋਂ ਅੱਗ ਨਿਕਲੀ। 4 ਨਵੰਬਰ 1977 ਦਿਨ ਬੁੱਧਵਾਰ, ਸ਼ਹਿਰ ਗੰਜ ਟੁੰਡਵਾਲਾ। ਤੇ ਸਾਰਾ ਸਰੀਰ ਉਹਨਾਂ ਦਾ ਉਸ ਅੱਗ ਵਿੱਚ ਲੀਨ ਹੋ ਗਿਆ ਤੇ ਨਾ ਕੋਈ ਕੱਪੜਾ ਜਲਿਆ ਤੇ ਨਾ ਕੋਈ ਹੋਰ ਨੁਕਸਾਨ ਹੋਇਆ ਤੇ ਮਹਿਕ ਨਾਲ ਸਾਰਾ ਗੁਰਦੁਆਰਾ ਭਰ ਗਿਆ। ਉਹਨਾਂ ਦਿਨਾਂ ਵਿੱਚ ਆਚਾਰੀਆ ਰਜਨੀਸ਼ ਜਿਉਂਦਾ ਸੀ, ਉਹਨੂੰ ਪਤਾ ਲੱਗਿਆ ਤੇ ਗੰਜ ਟੁੰਡਵਾੜੇ ਪਹੁੰਚ ਕੇ 4 ਘੰਟੇ ਉੱਥੇ ਮੂੰਹ ਦਾ ਲੰਮਾ ਪਿਆ ਰਿਹਾ, ਦੋਵੇਂ ਹੱਥ ਅੱਗੇ ਕਰਕੇ। ਆਖਿਆ ਇਹ ਸਦੀਆਂ ਬਾਅਦ ਘਟਨਾ ਹੋਈ ਹੈ ਕਿ ਕਿਸੇ ਦਾ ਸਰੀਰ ਬ੍ਰਹਮ ਅਗਨ ਵਿੱਚ ਲੀਨ ਹੋ ਗਿਆ, ਇਹ ਤੁਹਾਡੇ ਸਾਹਮਣੇ ਦੀ ਗੱਲ ਹੈ, ਜਾਓ ਪੁੱਛ ਲਓ ਗੰਜ ਟੁੰਡਵਾੜੇ ਜਾ ਕੇ ਹੋਇਆ ਕਿ ਨਹੀਂ ਹੋਇਆ। ਤੇ ਮੇਰੀ ਜ਼ਿੰਮੇਵਾਰੀ ਹੈ, ਮੈਂ ਜੋ ਗੱਲ ਬੋਲਦਾ ਪਿਆ ਐਵੇਂ ਹੌਲੀ ਗੱਲ ਨਹੀਂ ਕਰਦਾ ਪਿਆ। ਤੇ ਇਹ ਲੱਗ ਪੈਂਦੇ ਗੁਰੂ ਨਾਨਕ ਦੇ ਸ਼ੱਕ ਕਰਨ, ਇਹ ਲੱਗ ਪੈਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ੱਕ ਕਰਨ। ਉਹ ਭਾਈ ਸ਼ੱਕ ਕਰਨਾ ਹੈ ਤੇ ਆਪਣੇ ਵਿਸ਼ਵਾਸ ਤੇ ਸ਼ੱਕ ਕਰੋ ਬਈ ਮੇਰਾ ਵਿਸ਼ਵਾਸ ਗੁਰੂ ਤੇ ਹੈ ਕਿ ਨਹੀਂ ਹੈ। ਆਪਣੇ ਭਰੋਸੇ ਤੇ ਸ਼ੱਕ ਕਰੋ ਗੁਰਮੁਖੋ, ਗੁਰੂ ਤੇ ਸ਼ੱਕ ਨਾ ਕਰੋ। ਗੁਰੂ ਉਦੋਂ ਵੀ ਮੌਜੂਦ ਸੀ, ਗੁਰੂ ਹੁਣ ਵੀ ਮੌਜੂਦ ਹੈ ਤੇ ਸੰਸਾਰ ਰਹੇ ਨਾ ਰਹੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਫਿਰ ਵੀ ਮੌਜੂਦ ਰਹਿਣਗੇ। ਗੁਰੂ ਦੀ ਮੌਜੂਦਗੀ ਤੇ ਸ਼ੱਕ ਨਾ ਕਰੋ। ਗੁਰੂ ਵੱਡਾ ਹੈ, ਗੁਰੂ ਦੀਆਂ ਵਡਿਆਈਆਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾ ਹੈ। ਸੰਗਤਾਂ ਨੇ ਮਹਾਰਾਜ ਨੂੰ ਪ੍ਰਾਰਥਨਾ ਬੇਨਤੀਆਂ ਕੀਤੀਆਂ, ਆਖਿਆ ਆਓ ਸਾਡੇ ਬਾਗ ਵਿੱਚ ਚਰਨ ਪਾਓ, ਸਾਡੇ ਬਾਗ ਦੀਆਂ ਹਰਿਆਲੀਆਂ ਬਣੀਆਂ ਰਹਿਣ। ਸ੍ਰੀ ਗੁਰੂ ਤੇਗ ਬਹਾਦਰ ਨੰਦਨ ਬੰਧਨ ਜੋਗ ਨਿਕੰਦਨ ਪੀੜਾ, ਹਰ ਤਰ੍ਹਾਂ ਦੀ ਪੀੜਾ ਨੂੰ, ਦੁੱਖਾਂ ਨੂੰ, ਮੁਸੀਬਤਾਂ ਨੂੰ, ਇਹਨਾਂ ਦਾ ਹਨੇਰਾ ਕਿਸੇ ਸੂਰਜ ਕੋਲੋਂ ਵੀ ਦੂਰ ਨਹੀਂ ਹੋ ਸਕਦਾ, ਪਰ ਦੁੱਖਾਂ ਤੇ ਮੁਸੀਬਤਾਂ ਪੀੜਾਵਾਂ ਦੇ ਹਨੇਰੇ ਨੂੰ ਇੱਕੋ ਹੀ ਸੂਰਜਾਂ ਦਾ ਮਹਾਂ ਸੂਰਜ ਦੂਰ ਕਰ ਸਕਦਾ ਹੈ, ਔਰ ਉਸ ਮਹਾਂ ਸੂਰਜ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗੁਰੂ ਦੂਰ ਕਰ ਸਕਦਾ ਹੈ, ਸਰਵਣ ਕਰੀਏ। ਵਾਕਫ ਰਾਜ ਸਰੀਤ ਕਰੈ, ਜੋ ਮਹਾਰਾਜ ਜੀ ਬਚਨ ਆਪਣੀ ਪਾਵਨ ਰਸਨਾ ਤੋਂ ਕਹਿੰਦੇ ਨੇ ਉਸੇ ਵੇਲੇ ਹੀ ਤਤਕਾਲ ਹੀ ਪੂਰਾ ਹੋ ਜਾਂਦਾ ਹੈ। ਸਭ ਸਿੱਧ ਤੈ ਤਰਨੀ ਜਿਵ ਧੀਰਾ, ਸਾਰੀਆਂ ਸਿੱਧੀਆਂ ਮਹਾਰਾਜ ਕੋਲ ਹੈ ਨੇ,
ਪਰ ਨੁਕਸਾਨ ਕਿਸੇ ਦਾ ਨਹੀਂ ਕਰਦੇ। ਸਿੱਧੀਆਂ ਹੈ, ਕਰਾਮਾਤਾਂ ਹੈ, ਪ੍ਰਤੱਖ ਕਰਾਮਾਤ ਹੈ। ਜਾਓ ਦੇਖੋ ਰਾਜਗੀਰ ਸਾਹਿਬ ਹੈ ਕਿ ਨਹੀਂ ਹੈ। ਸਾਰੇ ਬਾਕੀ ਦੇ ਕੁੰਡ ਉਬਲਦੇ ਪਏ ਨੇ, ਜਿਸ ਕੁੰਡ ਨੂੰ ਗੁਰੂ ਨਾਨਕ ਦੇ ਚਰਨ ਸੋਏ ਨੇ ਉਹ ਚਰਨਾਮ੍ਰਿਤ ਬਣ ਗਿਆ, ਤੇ ਅੱਜ ਵੀ ਸ਼ੀਤਲ ਹੈ, ਨਾਮ ਹੀ ਸ਼ੀਤਲ ਕੁੰਡ ਹੈ। ਜਾਓ ਦੇਖੋ ਜਾ ਕੇ ਜਿੰਨੀ ਕੁ ਸੰਗਤ ਤਖਤ ਸਾਹਿਬ ਆ ਰਹੀ ਹੈ, ਸਾਰੀ ਦੀ ਸਾਰੀ ਰੋਜ਼ ਰਾਜਗੀਰ ਸ਼ੀਤਲ ਕੁੰਡ ਵੀ ਜਾ ਰਹੀ। ਪਤਾ ਨਹੀਂ ਕਿਵੇਂ ਕਹਿ ਦਿੰਦੇ ਨੇ ਵੀ ਕ੍ਰਿਸ਼ਮਾ ਨਹੀਂ, ਕ੍ਰਿਸ਼ਮਾ ਨਹੀਂ। ਕ੍ਰਿਸ਼ਮੇ ਤੇ ਗੁਰੂ ਨਾਨਕ ਦੇ ਸੰਗਤਾਂ ਦੇ ਜੋੜਿਆਂ ਦੀ ਖਾਕ ਚ ਵੀ ਵਰਤਦੇ ਨੇ, ਤੇ ਗੁਰੂ ਕੋਲ ਕਿਉਂ ਨਹੀਂ ਵਰਤਦੇ? ਸਿੱਧੀਆਂ ਸਾਰੀਆਂ ਸਭ ਸਿੱਧ ਧਰੈ ਪਰ ਧਰਨੀ ਜਿਮ ਧੀਰਾ, ਧੀਰਜ ਬਿਲਕੁਲ ਧਰਤੀ ਵਾਂਗੂ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਵਸੁਧਾ ਕੋ ਖੋਦੈ ਕੋ ਚੰਦਨ ਲੇਪ। ਦੇਖਤ ਲੋਕ ਅਸੇਖ ਕਹਿ, ਵੇਖਦੇ ਹਨ ਉਹ ਮਹਿਮਾ ਕਰਦੇ ਹਨ। ਇਮ ਜਾਤ ਚਲੇ ਸੁਣ ਤੇ ਨਿਜ ਤੀਰਾ, ਮਹਾਰਾਜ ਸਾਰਿਆਂ ਵੱਲੋਂ ਹੋ ਰਹੀ ਮਹਿਮਾ ਸੁਣਦੇ ਜਾ ਰਹੇ, ਸੁਣਦੇ ਜਾ ਰਹੇ ਨੇ। ਤੇ ਆਪਣੇ ਗੰਗਾ ਦੇ ਕਿਨਾਰੇ ਕਿਨਾਰੇ ਉਹ ਕੰਗਣ ਘਾਟ ਵਾਲਾ ਪਾਸਾ ਹੋਵੇਗਾ। ਇਹ ਕਥਾ ਕਿਸੇ ਹੋਰ ਸ਼ਹਿਰ ਦੀ ਨਹੀਂ, ਕਿਸੇ ਹੋਰ ਦੇਸ਼ ਦੀ ਨਹੀਂ। ਇਹ ਜੋ ਕਥਾ ਤੁਸੀਂ ਸੁਣ ਰਹੇ ਹੋ ਉਸੇ ਵੇਲੇ ਦੀ ਹੈ ਜਿਸ ਵੇਲੇ 'ਚ ਅੱਜ ਆਪ ਬੈਠੇ ਹੋਏ। ਇੱਥੋਂ ਦੀ ਕਥਾ ਹੈ ਜਿਹੜੀ ਸੁਣਦੇ ਪਏ। ਅੱਗੇ ਸਰਵਣ ਕਰੀਏ। ਬਾਲ ਬਿਨੋਦ ਚਲੈ ਚੌਕੋਦ, ਤੇ ਬਹੁਤ ਸਾਰੇ ਬਾਲਕ ਨੇ ਜੋ ਖੁਸ਼ੀਆਂ ਨਾਲ ਭਰੇ ਹੋਏ। ਬਈ ਖੁਸ਼ੀਆਂ ਨਾਲ ਭਰਨ ਵੀ ਕਿਉਂ ਨਾ, ਅਨੰਤ ਬ੍ਰਹਿਮੰਡਾਂ ਦੇ ਮਾਲਕ ਬਾਲਕ ਰੂਪ ਵਿੱਚ ਉਹਨਾਂ ਦੇ ਨਾਲ ਜੋ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਰਾਜਤ ਜਿਉ ਬਚ ਕੰਚਨ ਹੀਰਾ, ਔਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦਰਾਜਦੇ ਪਏ ਨੇ, ਵਿੱਚ ਸੋਭਾ ਪਾ ਰਹੇ ਨੇ ਜਿਵੇਂ ਸੋਨੇ ਦੇ ਵਿੱਚ ਹੀਰਾ ਜੜਿਆ, ਸੋਨੇ ਦੇ ਮੁਕਟ ਵਿੱਚ ਜਿਵੇਂ ਵੱਡਾ ਹੀਰਾ ਜੜਿਆ ਸੋਭਾ ਪਾਉਂਦਾ ਹੈ ਨਾ, ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਬਾਲਕਾਂ ਵਿੱਚ ਸੋਭਾ ਪਾ ਰਹੇ ਹਨ। ਦੋਹਰਾ ਬਾਲਕ ਤਨ ਸ੍ਰੀ ਸਤਿਗੁਰੂ, ਬਾਲਕ ਬ੍ਰਿੰਦ ਕਿਰਪਾਲ। ਬਾਲ ਅਵਸਥਾ ਵਿੱਚ ਸਤਿਕਾਰਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਬਹੁਤ ਸਾਰੇ ਬਾਲਕ ਨਾਲ ਨੇ, ਤੇ ਨਾਲ ਸੰਭਾਲਕ ਧੰਨ ਧੰਨ ਮਾਮਾ ਕਿਰਪਾਲ ਚੰਦ ਜੀ ਹਨ। ਜਾਏ ਪਰਵੇਸੇ ਬਾਗ ਮੈਂ ਬਿਗ ਸਤ ਮੋਦ ਵਿਸਾਰ, ਇਸ ਤਰ੍ਹਾਂ ਖੁਸ਼ੀਆਂ ਵੰਡਦੇ ਹੋਏ, ਫੁੱਲਾਂ ਦਾ ਸਨਮਾਨ ਪ੍ਰਾਪਤ ਕਰਦੇ ਹੋਏ, ਸਜਦੇ ਪ੍ਰਾਪਤ ਕਰਦੇ ਹੋਏ, ਸਤਿਕਾਰ ਪ੍ਰਾਪਤ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮਾਤੁਲ ਕਿਰਪਾਲ ਚੰਦ ਮਾਮਾ ਜੀ ਦੇ ਨਾਲ ਤੇ ਕਈ ਬਾਲਕਾਂ ਦੇ ਨਾਲ ਇੱਕ ਸੋਹਣੇ ਬਾਗ ਵਿੱਚ ਆ ਗਏ ਹਨ। ਕਵਿਤ ਚਾਰੂ ਤਰ ਫੁੱਲ ਰਹਿ ਛਾਇਆ ਅਨੁਕੂਲ ਰਹੇ, ਚਾਰੋਂ ਪਾਸੇ ਫੁੱਲ ਹੀ ਫੁੱਲ ਨੇ, ਮਹਿਕ ਹੀ ਮਹਿਕ। ਅੱਜ ਫੁੱਲਾਂ ਨੇ ਵੀ ਸੋਚਿਆ ਵੀ ਅੱਜ ਪੂਰੇ ਟਹਿਕ ਲਈਏ। ਮਾਲੀ ਵੀ ਹੈਰਾਨ ਨੇ ਭਈ ਅੱਜ ਫੁੱਲ ਵੱਡੇ ਖੇੜੇ ਵਿੱਚ ਹੈਗੇ, ਅੱਜ ਕੋਈ ਵੱਖਰੀ ਮਹਿਕ ਆਉਂਦੀ ਪਈ, ਅੱਜ ਕੋਈ ਵੱਖਰੀਆਂ ਹੀ ਕੋਲਾਂ ਨਜ਼ਮੇ ਨਗਮੇ ਅਲਾਪਦੀਆਂ ਪਈਆਂ ਨੇ, ਬੁਲਬੁਲਾਂ ਨਗਮੇ ਅਲਾਪ ਰਹੀਆਂ ਨੇ। ਪਤਾ ਨਹੀਂ ਅੱਜ ਕੀ ਹੈ, ਇਹਨਾਂ ਨੂੰ ਕੌਣ ਦੱਸੇ ਮਾਲੀ ਜੀ। ਇਸ ਲਈ ਫੁੱਲ ਜ਼ਿਆਦਾ ਖਿਲ ਗਏ ਨੇ, ਬੁਲਬੁਲਾਂ ਜ਼ਿਆਦਾ ਗਾ ਰਹੀਆਂ ਨੇ, ਕੋਇਲਾਂ ਤਰੰਨੋ ਅਲਾਪ ਰਹੀਆਂ ਨੇ। ਹੋਰ ਕੋਈ ਕਾਰਨ ਨਹੀਂ ਹੈ, ਅੱਜ ਸਾਰੇ ਸੰਗੀਤ ਦਾ ਮਾਲਕ, ਸਾਰੇ ਸੰਦਾ ਬੰਦੀ ਦਾ ਰਹਿਬਰ ਤੇ ਸਾਰੇ ਖੇੜਿਆਂ ਦਾ ਮਹਾਂਸਾਗਰ, ਖੇੜਿਆਂ ਨੂੰ ਖੇੜੇ ਪ੍ਰਦਾਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਉਂਦੇ ਹੋਏ ਜੋ ਇਸ ਬਾਗ ਵਿੱਚ ਆਏ ਨੇ, ਇਸ ਲਈ ਖੇੜੇ ਹਨ। ਤੂੰ
ਤੁਸੀਂ ਤਾਂ ਇੱਥੇ ਜੈਕਾਰੇ ਬੁਲਾ ਰਹੇ ਹੋ ਨਾ, ਇਹ ਪ੍ਰਬੰਧਕਾਂ ਨੇ ਟਾਈਮ ਬੜਾ ਸੋਹਣਾ ਚੁਣਿਆ, ਹੋਰ ਕਿਤੋਂ ਇਸ ਟਾਈਮ ਕਥਾ ਨਹੀਂ ਆਉਂਦੀ, ਸਿਰਫ ਪਟਨਾ ਸਾਹਿਬ ਤੋਂ ਹੀ ਆਉਂਦੀ। ਸਾਰਾ ਪੰਜਾਬ, ਸਾਰੀ ਦੁਨੀਆ, ਸਾਰੇ ਦੇਸ਼ ਪ੍ਰਦੇਸ਼ਾਂ 'ਚ ਇਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਜੁੜੇ ਹੋਏ ਕਰੋੜਾਂ ਹੀ ਸਿੱਖ ਬੈਠੇ ਹੋਏ। ਮੈਨੂੰ ਤੁਹਾਨੂੰ ਨਹੀਂ ਸੁਣਿਆ, ਫੋਨ ਆ ਜਾਂਦੇ, ਉਹ ਕਹਿੰਦੇ ਨੇ ਵੀ ਜਦੋਂ ਸੰਗਤਾਂ ਉੱਥੇ ਜੈਕਾਰੇ ਬੁਲਾਉਂਦੀਆਂ ਨੇ, ਅਸੀਂ ਇੱਥੇ ਆਪਣੇ ਘਰ ਬੈਠੇ ਹੀ ਜੈਕਾਰੇ ਬੁਲਾਈ ਜਾਂਦੇ। ਕਿੰਨੀ ਵਡਿਆਈ ਮਹਾਰਾਜ, ਕਿੰਨੀ ਮਹਿਮਾ ਸਤਿਗੁਰੂ ਪਾਤਸ਼ਾਹ ਜੀ ਦੀ ਸਾਰੇ ਬ੍ਰਹਿਮੰਡ ਵਿੱਚ ਫੈਲਦੀ ਪਈ ਹੈ। ਬੜੇ ਫੁੱਲ ਜ਼ਿਆਦਾ ਖੇਰਾ ਮਹਿਸੂਸ ਕਰ ਰਹੇ, ਬੁਲਬੁਲਾਂ ਜ਼ਿਆਦਾ ਚਹਿਚਹਾ ਰਹੀਆਂ, ਭਵਰੇ ਗੁਲਜ਼ਾਰਾਂ ਪਾ ਰਹੇ ਨੇ, ਔਰ ਇਸ ਤਰ੍ਹਾਂ ਤਿਤਲੀਆਂ ਮੰਡਰਾ ਰਹੀਆਂ ਨੇ ਜਿਵੇਂ ਪਾਣੀ ਦੀਆਂ ਘੁੰਮਣ ਘੇਰੀਆਂ ਹੋਣ, ਅਤੇ ਸਾਰੇ ਮਧੂਮੱਖੀਆਂ ਦਾ ਮਨ ਕਰਦਾ ਬਈ ਆਪ ਆਪਣਾ ਛੱਤਾ ਭੰਨ ਕੇ ਮਹਾਰਾਜ ਦੇ ਅੱਗੇ ਰੱਖ ਰਹੀ। ਕਿਉਂ? ਕਿਉਂਕਿ ਅੱਜ ਉਹ ਮਹਾਨ ਮਿਠਾਸ ਦਾ ਮਾਲਕ ਜਿਸ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬੜੇ ਸੋਹਣੇ ਬੋਲ ਨੇ, ਸਿਕਮੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸਦ, ਈ ਮਿਸਲ ਰਾ ਕੇ ਗੁਫਤਮ ਈ ਖੂਬ ਤਰ ਨਾ ਬਾਸਦ। ਭਾਈ ਨੰਦ ਲਾਲ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡਾ ਜਿਹੜਾ ਇੱਕ ਇੱਕ ਬਚਨ ਹੈ ਨਾ, ਉਹ ਇੱਕ ਮਿਸਰੀ ਦੇ ਵੱਡੇ ਬੋਰੇ ਵਰਗਾ ਹੈਗਾ, ਵੱਡਾ ਬੋਰਾ ਮਿਸਰੀ ਦਾ। ਅਤੇ ਫਿਰ ਕਹਿੰਦੇ ਨੰਦ ਲਾਲ, ਇਹ ਕੀ ਕਹਿ ਦਿੱਤਾ, ਮਿਸਰੀ ਦਾ ਵੱਡਾ ਬੋਰਾ ਹੋਵੇ, ਕੋਈ ਵੱਡੀ ਨਾਦ ਵਿੱਚ ਘੋਲ ਕੇ ਸ਼ਰਬਤ ਬਣਾ ਲੈ, ਵੰਡ ਦੇਵੇ ਪਰਿਵਾਰ ਵਿੱਚ, ਪੀਤਾ ਜਾਏ ਸ਼ਰਬਤ, ਸ਼ਰਬਤ ਵੀ ਮੁੱਕ ਜਾਏਗਾ, ਮਿਸਰੀ ਵੀ ਮੁੱਕ ਜਾਏਗੀ, ਮਿਠਾਸ ਵੀ ਇੱਕ ਘੰਟੇ 'ਚ ਮੁੱਕ ਜਾਏਗੀ। ਇਹ ਮੁਸਲਰਾ ਕੇ ਗੁਫਤਮ, ਇਹ ਜਿਹੜੀ ਮਿਸਾਲ ਨੰਦ ਲਾਲ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੂੰ ਦਿੱਤੀ ਹੈ ਨਾ, ਇਹ ਢੁੱਕਦੀ ਨਹੀਂ। ਸਿਕਮੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸਤ, ਈ ਮਿਸਲ ਰਾ ਕੇ ਗੁਫਤਮ ਈ ਖੂਬ ਤਰ ਨਾ ਬਾਸਤ, ਸੋਹਣੀ ਨਹੀਂ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡਾ ਇੱਕ ਇੱਕ ਬੋਲ ਮਿਠਾਸ ਦਾ ਮਹਾਂਸਾਗਰ ਹੈ। ਸਾਗਰ ਵੀ ਅੱਖਾਂ 'ਤੇ ਥੋੜ੍ਹਾ ਹੈ, ਸਾਗਰਾਂ ਦਾ ਵੀ ਮਿੱਠਾਪਣ ਹੋ ਜਾਏ ਤਾਂ ਮੁੱਕ ਜਾਏਗਾ, ਬ੍ਰਹਿਮੰਡ ਦੀ ਸਾਰੀ ਮਿਸਰੀ ਮੁੱਕ ਜਾਏਗੀ, ਸ਼ਹਿਦ ਮੁੱਕ ਜਾਏਗਾ ਔਰ ਮਿਠਾਸ ਮੁੱਕ ਜਾਏਗੀ, ਪਰ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰਾ ਬ੍ਰਹਿਮੰਡ ਮੁੱਕ ਜਾਏ ਪਰ ਤੁਹਾਡੇ ਬਚਨਾਂ ਦੀ ਮਿਠਾਸ ਬਰਸਦੀ ਰਹੇਗੀ, ਕਦੀ ਮੁੱਕੇਗੀ ਨਹੀਂ। ਇਸ ਕਰਕੇ ਮਧੂਮੱਖੀਆਂ ਦਾ ਮਨ ਕਰਦਾ ਵੀ ਸੱਤੇ ਭੰਨ ਭੰਨ ਕੇ ਆਪ ਰੱਖ ਰਹੀ। ਸ਼ਾਇਦ ਮਹਾਰਾਜ ਇੱਕ ਬੂੰਦ ਇੱਕ ਪੋਟਾ ਲਾ ਕੇ ਜ਼ਬਾਨ 'ਤੇ ਲਾ ਲੈਣ ਅਤੇ ਸਾਡਾ ਵੀ ਪਾਰ ਉਤਾਰਾ ਹੋ ਜਾਏ। ਤਿਤਲੀਆਂ ਫਿਰਦੀਆਂ ਪਈਆਂ, ਭੰਵਰ ਮੰਡਰਾ ਰਹੇ, ਗੁੰਜਾਰਾਂ ਪਾ ਰਹੇ ਹਨ ਔਰ ਮੂਲ ਦ੍ਰਿੜ ਝੋਲ ਰਹੇ ਅਤੇ ਜੜ ਸਮੇਤ ਦਰਖਤ ਝੂਲਦੇ ਪਏ ਨੇ, ਝੂਮਦੇ ਪਏ ਨੇ। ਇਹਨਾਂ ਨੂੰ ਕੀ ਨਸ਼ਾ ਹੋਇਆ, ਕੀ ਖੁਮਾਰੀ ਆਈ ਹੈ, ਕਿਸ ਸਰੂਰ ਵਿੱਚ ਝੂਮਦੇ ਪਏ ਨੇ? ਉਹ ਹੋਰ ਕੋਈ ਸਰੂਰ ਨਹੀਂ ਹੈ, ਜਿਸ ਦੇ ਦੀਦਾਰ ਦਾ ਹੀ ਸਰੂਰ ਮੁੱਕਦਾ ਨਹੀਂ। ਇੱਕ ਵਾਰੀ ਮਿਲ ਜਾਏ ਫਿਰ ਬੰਦਾ ਸਾਰੀ ਜ਼ਿੰਦਗੀ ਸਦਕੇ ਹੀ ਕਰ ਦਿੰਦਾ। ਉਹ ਸਰੂਰ ਦੇ ਸਾਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਹਨ। ਦੀਪਤੀ ਕਦਮ ਰਹੇ ਬੇਰ ਕੇ ਅਲੰਬ ਰਹੇ, ਇਹ ਕਦਮ ਫੁੱਲ ਦੀ ਚਮਕ ਹੁੰਦੀ ਹੈ, ਉਹ ਚਮਕਦੇ ਪਏ, ਵੇਲਾਂ ਝੂਮਦੀਆਂ ਪਈਆਂ ਨੇ ਔਰ ਵੱਡਿਆਂ ਵੱਡਿਆਂ ਦਰਖਤਾਂ ਦੇ ਆਸਰੇ ਇਹ ਜਿਹੜੀਆਂ ਵੇਲਾਂ ਹਨ ਇਹ ਰਹਿੰਦੀਆਂ ਹਨ ਤੇ ਝੂਮਦੀਆਂ ਪਈਆਂ ਹਨ। ਇੰਜ ਇੰਜ ਹਿੱਲ ਹਿੱਲ ਕੇ ਹਵਾ ਨਹੀਂ ਅੱਜ ਹਿਲਾ ਰਹੀ, ਹਵਾ ਮਹਾਰਾਜ ਜੀ ਦੇ ਸਵਾਸਾਂ ਵਿੱਚ ਪ੍ਰਵੇਸ਼ ਕਰਨਾ ਚਾਹੁੰਦੀ, ਤੇ ਇਹ ਵੇਲਾ ਝੂਮ ਝੂਮ ਕੇ ਦੱਸਦੀਆਂ ਪਈਆਂ ਨੇ
ਕਿ ਹੇ ਕਲਗੀਆਂ ਵਾਲਿਆ, ਬੜੇ ਲੋਕ ਆਏ ਸਾਡੀਆਂ ਕਲੀਆਂ ਤੋੜਨ ਵਾਲੇ, ਸਾਨੂੰ ਵੱਢ ਕੇ ਸੁਕਾਉਣ ਵਾਲੇ, ਮੁਕਾਉਣ ਵਾਲੇ, ਤਰਸਣ ਵਾਲੇ, ਪਰ ਝੂਮਾ ਦੇਣ ਵਾਲਾ, ਸਾਨੂੰ ਸਰੂਰ ਦੇਣ ਵਾਲਾ, ਜਿਸ ਨਾਲ ਝੂਮ ਡਾਈਏ, ਅੱਜ ਕੋਈ ਪਹਿਲੀ ਵਾਰੀ ਆਇਆ ਹੈ ਤੇ ਹੇ ਕਲਗੀਆਂ ਵਾਲਿਆ ਤੂੰ ਆਇਆ ਹੈ। ਮਿਲੇ ਨਿਤ ਅੰਬ ਰਹੇ, ਬੜੇ ਸੋਹਣੇ ਬੋਲ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਦ ਨਾਲ ਮਿਲੇ ਰਹਿੰਦੇ ਹਨ। ਮਿਲੇ ਨਿਤ ਅੰਬ ਰਹੇ, ਰਾਸ ਮੈਂ ਰਸ ਮੈਂ ਰਸਾਲ ਰਹੇ, ਜੇ ਪਾਣੀ ਜਿਹਨਾਂ ਨੂੰ ਮਿਲਦਾ ਹੈ ਉਹ ਸਦਾ ਹਰੇ ਰਹਿੰਦੇ ਨੇ, ਤੇ ਅੱਜ ਸਾਰੇ ਰਸਾਲ ਅੰਬ ਦੇ ਫਲ ਨੂੰ ਕਹਿੰਦੇ ਨੇ। ਉਹਨਾਂ ਦਾ ਮਨ ਕਰਦਾ ਬਈ ਮਹਾਰਾਜ ਹੱਥ ਲਾਵਣ ਤੇ ਅਸੀਂ ਟਪਕ ਕੇ ਮਹਾਰਾਜ ਦੇ ਹੱਥ ਵਿੱਚ ਆ ਜਾਈਏ। ਚੰਪਕ ਚਮਕ ਰਹੇ, ਗੰਧ ਮੈਂ ਰਮਕ ਰਹੇ, ਇਸ ਤਰ੍ਹਾਂ ਚਮੇਲੀ ਚਮਕ ਰਹੀ ਹੈ, ਗੰਧ ਜਿਹੜੀ ਸੁਗੰਧ ਹੈ ਉਹ ਮਹਿਕ ਰਹੀ ਹੈ। ਆਰਤੀ ਲਮਕ ਰਹੇ, ਛਬ ਕੋ ਉਛਾਲ ਰਹੇ, ਗਾਲੀਆਂ ਨਾਲ ਟਹਿਣਿਆਂ ਨਾਲ ਵੇਲਾ ਲਮਕਦੀਆਂ ਪਈਆਂ, ਔਰ ਪੰਛੀ ਵੀ ਝੂਮਦੇ ਪਏ ਹਨ। ਚਾਰੋ ਓਰ ਚਾਲ ਰਹੇ, ਧਾਰ ਫੁੱਲ ਮਾਲ ਰਹੇ, ਚਾਰੋਂ ਪਾਸੇ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ, ਲਿਸ਼ਕਾਰੇ ਮਾਰਦੇ ਪਏ, ਫੁੱਲ ਚਮਕਦੇ ਪਏ ਨੇ, ਚਾਰੋਂ ਓਰ ਚਾਲ ਰਹੇ, ਧਾਰ ਫੁੱਲ ਮਾਲ ਰਹੇ, ਔਰ ਫੁੱਲਾਂ ਨੇ ਵੀ ਆਪਸ ਵਿੱਚ ਗੱਲ ਵਕੜੀਆਂ ਪਾ ਲਈਆਂ, ਇੱਕ ਦੂਜੇ ਨਾਲ ਮਿਲ ਗਏ ਨੇ। ਇੰਜ ਲੱਗਦਾ ਬਈ ਜਿਵੇਂ ਪ੍ਰਕਿਰਤੀ ਮਾਲਣ ਨੇ ਇਹਨਾਂ ਨੂੰ ਇੱਕ ਦੂਜੇ ਵਿੱਚ ਫਸਾ ਫਸਾ ਕੇ ਤੇ ਮਹਾਰਾਜ ਦੇ ਸਵਾਗਤ ਲਈ ਵੱਡੀ ਮਾਲਾ ਬਣਾ ਦਿੱਤੀ ਹੈ। ਦਲ ਚਾਲ ਚਾਲ ਰਹੇ, ਸੁੰਗ ਹਵੇ ਵਿਸਾਲ ਰਹੇ, ਔਰ ਇਸ ਤਰ੍ਹਾਂ ਦੇ ਨਾਲ ਦਲ ਚਾਲ ਚਾਲ ਰਹੇ, ਪੱਤੇ ਜਿਹੜੇ ਨੇ ਉਹ ਵੀ ਝੂਮਦੇ ਪਏ, ਛੋਟੇ ਵੱਡੇ ਉੱਚੇ ਨੀਵੇਂ ਸਾਰੇ ਝੂਮਦੇ ਪਏ ਨੇ, ਔਰ ਵੱਡਿਆਂ ਵੱਡਿਆਂ ਦਰਖਤਾਂ ਦਾ ਮਨ ਕਰਦਾ ਹੈ ਬਈ ਅੱਜ ਸਾਡੀ ਜੜ ਉਖੜ ਜਾਵੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਜਾ ਗਿਰੀਏ। ਇਸ ਤਰ੍ਹਾਂ ਆਨੰਦ ਦਾ ਮਾਹੌਲ ਬਰਸਿਆ ਹੋਇਆ ਹੈ, ਬਣਿਆ ਹੋਇਆ ਹੈ, ਪਰ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਮੈਂ ਜ਼ਿਆਦਾ ਸਮਾਂ ਆਪ ਜੀ ਦਾ ਨਹੀਂ ਲੈਣਾ ਚਾਹੁੰਦਾ। ਬੜੀ ਖੁਸ਼ੀ ਦੀ ਗੱਲ ਹੈ ਕਿ ਮਨ ਵਿੱਚ ਭੈ ਭਾਵਨਾ ਰੱਖਣ ਵਾਲੇ, ਬਹੁਤ ਪਿਆਰ ਭੇਜਿਆ ਹਿਰਦਾ, ਰੋਸ਼ਨ ਦਿਮਾਗ, ਰੋਸ਼ਨ ਜ਼ਮੀਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਅਜੀਮ ਉਲਸਾਨ ਤਖਤ ਸ੍ਰੀ ਹਰਿਮੰਦਰ ਜੀ ਦੇ, ਜਿਨ੍ਹਾਂ ਨੂੰ ਮੁੱਖ ਸੇਵਾਦਾਰ ਹੋਣ ਦਾ ਮਾਣ ਦੇ ਕੇ ਨਿਵਾਜਿਆ। ਇਹ ਪਦਵੀਆਂ ਕੋਈ ਬੰਦਾ ਨਹੀਂ ਦੇ ਸਕਦਾ, ਬੰਦੇ ਕੋਲ ਹੈ ਨਹੀਂ, ਬੰਦੇ ਨੇ ਕਿੱਥੋਂ ਦੇਣੀ, ਇਹ ਗੁਰੂ ਆਪ ਹੀ ਦਿੰਦਾ, ਗੁਰੂ ਆਪ ਹੀ ਮਿਹਰ ਨਾਲ ਨਿਵਾਜਦਾ ਹੈ। ਮੇਰੀ ਮੁਰਾਦ ਹੈ ਭਾਵੇਂ ਲੰਬਾ ਸਫ਼ਰ ਕਰਕੇ ਆਏ ਹਨ ਸਰਦਾਰ ਅਵਤਾਰ ਸਿੰਘ ਜੀ ਹਿਤ ਸਾਹਿਬ, ਪ੍ਰਧਾਨ ਸੇਵਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਵੀ ਕੁਝ ਸਮਾਂ ਜ਼ਰੂਰ ਸੰਗਤਾਂ ਨੂੰ ਮੁਖਾਤਬ ਹੋਣ, ਔਰ ਜ਼ਰੂਰੀ ਵੀ ਹੈ ਤਾਂ ਕਿ ਆਉਣ ਵਾਲੇ ਸਮਾਗਮਾਂ ਬਾਰੇ ਆਪ ਨਾਲ ਸਾਂਝ ਪਾ ਸਕਣ। ਕੱਲ੍ਹ ਦੀ ਜਿਹੜੀ ਪ੍ਰਭਾਤ ਫੇਰੀ ਹੈ ਉਹ ਸਵੇਰੇ 4:30 ਵਜੇ ਤਖ਼ਤ ਸਾਹਿਬ ਤੋਂ ਚੱਲੇਗੀ। ਇਹ ਪ੍ਰਭਾਤ ਫੇਰੀ ਨਗਰ ਕੀਰਤਨ, ਬਸ ਇੰਝ ਹੀ ਸਮਝ ਲਓ ਬਈ ਪ੍ਰਭਾਤ ਫੇਰੀ ਨਹੀਂ ਆ ਰਹੀ, ਪੰਡਿਤ ਸ਼ਿਵ ਰਾਮ, ਸ਼ਿਵ ਦੱਤ ਅਤੇ ਭੀਖਣ ਸ਼ਾਹ ਹੀ ਆ ਰਹੇ, ਉਹੀ ਸੱਦਾ ਦਿੰਦੇ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਖ਼ਤ 'ਤੇ ਮਹਾਰਾਜ ਜੀ ਦਾ 353 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਤੇ ਗਲੀਆਂ ਗੂੰਜਦੀਆਂ ਪਈਆਂ, ਸ਼ਬਦ ਗਾਏ ਜਾ ਰਹੇ। ਪ੍ਰਭਾਤ ਫੇਰੀ 4:30 ਆਰੰਭ ਹੋਏਗੀ, ਗੁਰਦੁਆਰਾ ਸੁਨਾਰ ਟੋਲੀ ਪਹੁੰਚੇਗੀ ਤੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਤਖ਼ਤ ਸਾਹਿਬ ਆਏ। ਸਵਰਗਵਾਸੀ ਸਰਦਾਰ ਹਰਨਾਮ ਸਿੰਘ ਜੀ ਮਨਚੰਦਾ, ਸਰਦਾਰ ਅਵਤਾਰ ਸਿੰਘ ਗੁਰਹੱਟਾ, ਉਹਨਾਂ ਦੇ ਘਰ ਪ੍ਰਭਾਤ ਫੇਰੀ ਦਾ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਏਗਾ, ਜਲ ਪਾਣੀ ਨਾਲ ਸੇਵਾ ਕੀਤੀ ਜਾਏਗੀ। ਇੱਥੇ ਵੀ ਹਰ ਰੋਜ਼ ਕਥਾ ਤੋਂ ਬਾਅਦ
ਅੰਦਰ ਸੁਖਾਸਨ ਪ੍ਰਾਰੰਭ ਹੋ ਜਾਂਦੇ ਨੇ, ਨਾਲ ਸ਼ਬਦ ਚੌਂਕੀ ਪ੍ਰਾਰੰਭ ਹੋ ਜਾਂਦੀ। ਗੁਰਮੁਖ ਪਿਆਰੇ ਰੋਜ਼ ਮੋਢੇ 'ਤੇ ਨਿਸ਼ਾਨ ਸਾਹਿਬ ਰੱਖ ਕੇ ਸ਼ਬਦ ਪੜ੍ਹਦੇ ਹੋਏ ਪਰਿਕਰਮਾ ਕਰਦੇ ਨੇ, ਇਸ ਵਿੱਚ ਵੀ ਸ਼ਾਮਲ ਹੋਇਆ ਕਰੋ। ਠੀਕ 3:30 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ਼ਨਾਨ ਕਰਦੇ ਨੇ, 3:15 ਵਜੇ ਹੀ ਆ ਜਾਇਆ ਕਰੋ। ਸੌਂ ਕੇ ਕੀ ਖੱਟ ਲੈਣਾ ਹੈ, ਆ ਕੇ ਬਰਕਤਾਂ ਪ੍ਰਾਪਤ ਹੋਣਗੀਆਂ, ਮਹਾਰਾਜ ਦੀਆਂ ਹਾਜ਼ਰੀਆਂ ਭਰੋ। ਸ਼ਬਦ ਚੌਂਕੀ ਵਾਲੇ ਸੱਜਣਾਂ ਨੂੰ ਬੇਨਤੀ ਹੈ ਵੀ 8:30 ਤੋਂ 1 ਮਿੰਟ ਪਹਿਲਾਂ ਹੀ ਤਖ਼ਤ ਸਾਹਿਬ ਆ ਕੇ ਅਤੇ ਸਜਦਾ ਕਰ ਦਿਆ ਕਰੋ, ਕਿਉਂਕਿ ਜ਼ਿਆਦਾ ਤੁਸੀਂ ਸਮਾਂ ਲਾ ਦਿਓ ਫਿਰ ਇਹਨਾਂ ਸਿੰਘ ਸਾਹਿਬਾਨਾਂ ਨੇ ਅੰਮ੍ਰਿਤ ਵੇਲੇ ਫਿਰ 1:30 ਵਜੇ ਜਾਗਣਾ ਹੁੰਦਾ, ਸੇਵਾ 'ਚ ਹਾਜ਼ਰ ਹੋਣਾ ਹੁੰਦਾ। ਸਹਿਯੋਗ ਦਿਆ ਕਰੋ ਸਮੇਂ 'ਚ ਰਹਿ ਕੇ। ਸੋ ਬਹੁਤ ਬਹੁਤ ਧੰਨਵਾਦ ਹੈ। ਮੈਂ ਪ੍ਰਧਾਨ ਜੀ ਨੂੰ ਗੁਜ਼ਾਰਿਸ਼ ਹੈ ਆ ਕੇ ਸੰਗਤਾਂ ਤੋਂ ਮੁਖਾਤਬ ਹੋਣ। ਆਓ ਆਖਰੀ ਪੰਕਤੀ ਦਾ ਪਾਠ ਸਰਵਣ ਕਰੀਏ ਤੇ ਖਿਮਾ ਪ੍ਰਾਪਤੀ ਹੋਈਏ। ਚਾਰੋ ਓਰ ਝਾਰ ਰਹੇ, ਧਾਰ ਫੂਲ ਮਾਲ ਰਹੇ, ਦਰ ਚਲ ਚਾਲ ਰਹੇ, ਤੁੰਗ ਹੋਏ ਵਿਸਾਲ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪ ਜੀ ਦੇ ਪ੍ਰਤੱਖ ਦੀਦਾਰ ਪ੍ਰਾਪਤ ਕਰ ਰਹੀਆਂ ਸੰਗਤਾਂ ਦੂਰ ਨੇੜਿਆਂ ਚੱਲ ਕੇ ਆਪ ਜੀ ਦੇ ਹਾਜ਼ਰ ਹੋਈਆਂ ਹਨ। ਸਮੂਹ ਸੰਗਤਾਂ ਦੀਆਂ ਝੋਲੀਆਂ ਭਰਨੀਆਂ, ਯਾਤਰਾ ਸਫਲ ਕਰਨੀਆਂ। ਗੁਰੂ ਦੇਵ ਜੀ ਜਲਦੀ ਜਲਦੀ ਆਪਣੇ ਅਜੀਮ ਉਲ ਸ਼ਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਬਖਸ਼ਿਆ ਕਰੋ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੱਲ ਮਿਲ ਕੇ ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਿੰਘ ਸਾਹਿਬ ਜੀ ਤੁਹਾਨੂੰ ਅੱਜ ਕਥਾ ਸਰਵਣ ਕਰਾਈ ਮਹਾਰਾਜ ਜੀ ਇੱਥੇ, ਔਰ ਇਸ ਸਥਾਨ ਦੀ ਇੱਥੇ ਕਲਗੀਧਰ ਪਾਤਸ਼ਾਹ ਜੀ। ਪਰ ਮੈਂ ਇਸੇ ਕਥਾ ਦੇ ਨਾਲ ਇੱਕ ਗੱਲ ਹੋਰ ਵੱਖਰੀ ਕਰਨੀ ਚਾਹੁੰਦਾ ਕਿ ਜਿੱਥੇ ਅੱਜ ਉਹਨਾਂ ਦੇ ਪ੍ਰਕਾਸ਼ ਸੰਬੰਧੀ ਆਪਾਂ ਸਾਰਾ ਚਰਚਾ ਕੀਤਾ, ਗੱਲ ਕੀਤੀ ਆ, ਉੱਥੇ ਅੱਜ ਇਹ ਵੀ ਕਹਿਣੀ ਯੋਗ ਬਣਦੀ ਆ, ਆਵਾਜ਼ ਕਰ ਕਰੋ ਤੁਸੀਂ ਬਣਦੀ ਆ ਕਿ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਦੋ ਜਹਾਨ ਦੇ ਵਾਲੀ ਨੇ, ਜਿਹਨੂੰ ਅਨੰਦਪੁਰ ਸਾਹਿਬ ਛੱਡਿਆ ਅਤੇ ਛੱਡ ਕੇ ਤਾਂ ਕਿੰਨੀਆਂ ਕੁ ਮੁਸੀਬਤਾਂ ਦਾ ਸਾਹਮਣਾ ਕੀਤਾ ਉਹਨਾਂ ਨੇ, ਅਤੇ ਅੱਜ ਚਮਕੌਰਗੜ੍ਹ ਦੇ ਵਿੱਚ ਉਹ ਯੁੱਧ ਹੋਇਆ, ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ, ਅੱਜ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋਏ। ਅੱਜ ਇਹ ਯੁੱਧ ਅੱਜ ਸਾਰਾ ਦਿਨ ਮਨਾਇਆ ਜਾ ਰਿਹਾ ਫਤਿਹਗੜ੍ਹ ਸਾਹਿਬ ਦੇ ਵਿੱਚ, ਦਿੱਲੀ ਵਿੱਚ। ਛੋਟੇ ਸਾਹਿਬਜ਼ਾਦਿਆਂ ਦਾ 27 ਤਰੀਕ ਨੂੰ ਸ਼ਹਾਦਤ ਹੋਈ ਸੀ। ਇਹ ਹਾਲਾਤ ਜਦ ਅਸੀਂ ਅੱਖਾਂ ਨਾਲ ਦੇਖਦੇ ਹਾਂ ਜਾਂ ਥੋੜ੍ਹਾ ਜਿਹਾ ਸੁਣ ਕੇ, ਜਿਵੇਂ ਅਸੀਂ ਇੱਥੇ ਦੇਖਦੇ ਕਿ ਗੁਰੂ ਸਾਹਿਬ ਇੱਥੇ ਚੱਲ ਫਿਰ ਰਹੇ ਸੀ, ਇੱਥੇ ਖੇਡ ਰਹੇ ਸੀ, ਜਦੋਂ ਮੈਂ ਸਿੰਘ ਸਾਹਿਬ ਨਕਸ਼ਾ ਪੇਸ਼ ਕਰਦੇ ਤਾਂ ਬਦੋ ਬਦੀ ਮਨ ਉੱਥੇ ਚਰਨਾਂ 'ਚ ਟਿਕ ਜਾਂਦਾ। ਅਤੇ ਜੇ ਕਿਤੇ ਮਾੜਾ ਜਿਹਾ ਵੀ ਚੇਤਕ ਆਗਰ ਕਰਕੇ ਸੇ ਸੋਚੀਏ ਅੱਜ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਉੱਥੋਂ ਅਨੰਦਪੁਰ ਸਾਹਿਬ ਛੱਡਿਆ ਅਤੇ ਛੱਡਣ ਤੋਂ ਬਾਅਦ ਮੁਗਲਾਂ ਨੇ ਧੋਖਾ ਕੀਤਾ, ਕਸਮਾਂ ਝੂਠੀਆਂ ਖਾਧੀਆਂ, ਗਊ ਦੀ ਕਸਮ, ਕੁਰਾਨ ਦੀ ਕਸਮ, ਸਭ ਕਸਮਾਂ ਝੂਠੀਆਂ, ਅਤੇ ਧੋਖਾ ਕੀਤਾ ਅਤੇ ਹਮਲਾ ਕਰਤਾ। ਕਿਉਂਕਿ ਮੈਂ ਇਤਿਹਾਸ ਹੀ ਨਾ ਪੁੱਛਣਾ, ਮੈਂ ਤਾਂ ਟੂਕ ਮਾਤਰੀ ਗੱਲ ਕਰਨੀ ਹੈ। ਅਤੇ ਉਹਨਾਂ ਨੇ ਹਮਲਾ ਕੀਤਾ, ਉਸ ਹਮਲੇ ਦਾ ਟਾਕਰਾ ਕਰਦੇ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਵਿਛੋੜਾ ਸਾਹਿਬ ਗੁਰਦੁਆਰੇ ਪਹੁੰਚੇ। ਅਤੇ ਤੁਸੀਂ ਦੇਖੋ, ਅਸੀਂ ਵੀ ਨਿੱਕੀ ਜਿਹੀ ਗੱਲ ਦੇ ਉੱਤੇ ਕਿੰਨੀ ਛੇਤੀ ਘਬਰਾ ਜਾਂਦੇ ਹਾਂ। ਜਦੋਂ ਵਿਛੋੜਾ ਸਾਹਿਬ ਕਲਗੀਧਰ ਪਾਤਸ਼ਾਹ ਪਹੁੰਚਿਆ ਅਤੇ ਸਿੰਘਾਂ ਦੇ ਉੱਤੇ ਪਿੱਛੇ ਮੁਗਲ ਰੋਕਿਆ ਉਹਨਾਂ ਨੂੰ, ਰਾਤ ਪੈ ਗਈ, ਸਿੱਖ ਮੌਤ ਤੋਂ ਨਹੀਂ ਘਬਰਾਉਂਦਾ ਕਦੇ ਵੀ, ਲੜਦਾ ਕਿਉਂ, ਦਲੇਰ ਕਿਉਂ, ਪੁੱਛਦੇ ਇਹਦਾ ਕੁਸਾ ਨੂੰ ਵੀ ਸਿੱਖ ਜੇ ਡਰਦੇ ਕਿਉਂ ਨਹੀਂ, ਇਹ ਮਨ ਤੋਂ ਨਹੀਂ ਡਰਦੇ। ਮੈਂ ਕਿਹਾ ਡਰਦੇ ਇਸ ਕਰਕੇ ਨਹੀਂ ਕਿ ਇਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ, ਡਰਦੇ ਇਸ ਕਰਕੇ ਨਹੀਂ ਕਿ ਇਹਨਾਂ ਦਾ ਗੁਰੂ ਜਿਹੜਾ ਇਹਨਾਂ ਨੂੰ ਜਿਹਨੇ ਜਨਮ ਦਿੱਤਾ ਉਹ ਇੰਨਾ ਨਡਾਰਾ ਕਿ ਉਹਦਾ ਦੁਨੀਆਂ ਡਰ, ਉਹਦੇ ਡਰ ਤੋਂ ਦੁਨੀਆਂ ਡਰਦੀ ਆ। ਕਿਉਂਕਿ ਮਹਾਂ ਸੱਚੇ ਪਾਤਸ਼ਾਹ ਨੇ ਐਡੀ ਕਿਰਪਾ ਕੀਤੀ ਹੈ ਸਿੱਖ ਦੇ ਉੱਤੇ
ਇਹੋ ਜਿਹਾ ਰਸਤੇ ਬਣਾ ਦਿੱਤੇ ਕਿ ਸਿੱਖ ਜੋ ਯਾਦ ਕਰਦਾ ਨਾ ਉਹਨਾਂ ਦੇ ਉਹਨਾਂ ਦੁਖਾਂਤਾਂ ਜਿੱਥੋਂ ਹੀ ਲੰਘਿਆ। ਤੁਸੀਂ ਦੇਖੋ ਕਿ ਅੱਗੇ ਸਰਸਾ ਚੜ੍ਹੀ ਹੋਈ, ਪਿੱਛੇ 10 ਲੱਖ ਦਾ ਪਿੱਛੇ ਆ ਰਹੀ ਫੌਜ, ਉਹਨਾਂ ਦਾ ਤਾਕੜਾ ਸਿੰਘ ਕਰ ਰਿਹਾ, ਬਾਬਾ ਅਜੀਤ ਸਿੰਘ, ਉਦੇ ਸਿੰਘ, ਵੱਡੇ ਵੱਡੇ ਸਿੰਘ, ਬਾਬਾ ਬਚਿੱਤਰ ਸਿੰਘ, ਇਹ ਕਰਦੇ ਪਰ ਰੋਕਣ ਜਿਹਾ। ਰਾਤ ਪੈ ਗਈ, ਰਾਤ ਉੱਥੇ ਟਿਕੇ ਅਤੇ ਜਾਣਾ ਕਿੱਥੇ, ਮੀਂਹ ਪੈ ਰਿਹਾ, ਕੋਈ ਛੱਤ ਨਹੀਂ, ਕੋਈ ਸਹਾਰਾ ਨਹੀਂ, ਫਿਰ ਵੀ ਅੰਮ੍ਰਿਤ ਵੇਲੇ ਫਿਰ ਆਸਾ ਜਵਾਬ ਦਾ ਕੀਰਤਨ ਕੀਤਾ, ਕਲਗੀਧਰ ਪਾਤਸ਼ਾਹ ਫਿਰ ਆਸਾ ਜਵਾਬ ਕੀਤਾ, ਕੀਰਤਨ ਕੀਤਾ, ਆਸਾ ਜਵਾਬ ਹੋ ਪਿਆ ਅਤੇ ਫਿਰ ਜੰਗ ਸ਼ੁਰੂ ਅਤੇ ਸਰਸਾ ਪਾਰ ਕੀਤੀ ਆ। ਉਹ ਸਰਸਾ ਦੇ ਵਿੱਚ ਸਾਰਾ ਕੁਝ ਜੁੜ ਗਿਆ, ਬੱਚੇ ਕਿਤੇ ਚਲੇ ਗਏ, ਮਾਤਾਵਾਂ ਕਿਤੇ ਚਲੇ ਗਈਆਂ, ਆਪ ਕਿਤੇ ਚਲੇ ਗਏ, ਨਾ ਘੋੜਾ ਰਿਹਾ, ਨਾ ਜੋੜਾ ਰਿਹਾ, ਨਾ ਕਲਗੀ ਰਹੀ, ਕੁਝ ਵੀ ਨਹੀਂ ਰਿਹਾ। ਪਰ ਐਸੀਆਂ ਐਸੀਆਂ ਚੀਜ਼ਾਂ ਸੰਭਾਲ ਕੇ ਲੈ ਗਏ ਨਾਲ ਕਿ ਜਿਹੜੀਆਂ ਆਉਣ ਵਾਲੀ ਜ਼ਿੰਦਗੀ ਦੁਨੀਆਂ ਦੇ ਵਿੱਚ ਕੰਮ ਆਉਣੀ। ਇਸੇ ਸਰਸਾ ਵਿੱਚ ਸਭ ਕੁਝ ਰੁੜ ਗਿਆ, ਪਰ ਮਹਾਂ ਸਿੰਘ ਦਾ ਬਦਾਵਾ ਫਿਰ ਵੀ ਰੁੜ ਦਿੱਤਾ। ਸਿੱਖ ਸਿੱਖ ਨਾਲ ਇੰਨਾ ਪਿਆਰ ਕੀਤਾ ਮਹਾਰਾਜ ਨੇ, ਮਹਾਂ ਸਿੰਘ ਦਾ 40 ਸਿੱਖਾਂ ਨੇ ਬਦਾਵਾ ਕੀਤਾ ਸੀ ਮਹਾਰਾਜ ਨੂੰ। ਉਹ ਜਦੋਂ ਮਹਾਂ ਸਿੰਘ ਮੰਗਿਆ ਸੀ ਨਾ ਮੁਕਤਸਰ ਦੇ ਵਿੱਚ, ਅਤੇ ਉਸ ਵਕਤ ਉਹਨਾਂ ਆਪਣੇ ਕਮਰ ਕਿਸੇ ਚੋਂ ਕੱਢ ਕੇ ਅਤੇ ਮਹਾਂ ਸਿੰਘ ਕਿਹਾ ਸੀ ਮਹਾਰਾਜ ਇਹ ਹੀ ਹੈ ਨਾ, ਫਿਰ ਤਾਂ ਹਾਂ ਹੋ ਰਹੀ ਹੈ, ਤੁਸੀਂ ਹਿਸਾਬ ਲਾਓ ਕਿ ਸਿੱਖ ਲਈ ਗੁਰੂ ਕਿੰਨਾ ਕੁਛ ਕਰਦਾ। ਸਿੱਖ ਤਾਂ ਭਾਵੇਂ ਬੇਈਮਾਨ ਹੋ ਜਾਏ, ਝੂਠਾ ਹੋ ਜਾਏ, ਪਰ ਪਾਤਸ਼ਾਹ ਨਹੀਂ ਹੁੰਦੇ, ਗੁਰੂ ਸਾਹਿਬ ਨਹੀਂ ਹੁੰਦੇ। ਉਹਨਾਂ ਨੂੰ ਪਤਾ ਮੇਰੇ ਸਿੱਖ ਨੇ ਆਉਣਾ। ਗੁਰੂ ਸਾਹਿਬ ਨੇ ਉਹਦੇ ਉਸ ਕਾਗਜ਼ ਨੂੰ, ਇੱਕ ਇੰਨੇ ਕਾਗਜ਼ ਨੂੰ ਸਾਰਾ ਕੁਝ ਚਲਾ ਗਿਆ, ਪਰ ਉਹ ਕਾਗਜ਼ ਦੀ ਰੁੜ ਦਿੱਤਾ ਅਤੇ ਕਾਗਜ਼ ਗੜ ਨਹੀਂ ਦਿੱਤਾ। ਉਹਦੀ ਕਿੰਨੀ ਰੱਖਿਆ ਕੀਤੀ ਵੀ ਮੇਰੇ ਸਿੱਖ ਨੇ ਮੰਗਣਾ ਮੇਰੇ ਕੋਲ, ਉਹ ਸੰਭਾਲਿਆ। ਉੱਥੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਚੱਲ ਜਾਂਦੇ ਆ, ਅਤੇ ਚਮਕੌਰ ਦੀ ਗੜੀ 'ਚ ਯੁੱਧ ਲੱਗਾ, ਸ਼ਹਾਦਤਾਂ ਹੋ ਗਈਆਂ, 5-5 ਟੋਲੀਆਂ ਬਣਾਈਆਂ। ਅੱਲਾ ਜਾਖਾ ਜੋਗੀ ਬਹੁਤ ਵਧੀਆ ਲਿਖਦਾ ਲਿਖਿਆ ਇਹਦੇ 'ਤੇ, ਕਹਿੰਦੇ ਸਿੰਘ ਜਦੋਂ ਰਾਤ ਨੂੰ ਸੁੱਤੇ ਸੀ ਨਾ ਸਾਰਾ ਰਾਤ ਨੂੰ, ਅਤੇ ਕਲਗੀਧਰ ਪਾਤਸ਼ਾਹ ਉਹਨਾਂ ਦੇ ਕੇਸ ਸਵਾਰਦੇ ਸੀ, ਕੇਸ ਸੁੱਤਿਆ ਪਿਆ ਦੇ ਕੇਸਾਂ ਨੂੰ ਹੱਥ ਫੇਰ ਕੇ ਠੀਕ ਕਰਦੇ ਸੀ ਖੋਲ੍ਹ ਕੇ। ਫਿਰ ਪੈਂਦੀ ਵੱਲ ਜਾ ਕੇ ਉਹਨਾਂ ਦੇ ਚਰਨ ਚੁੰਮੇ, ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਦੇ, ਮੇਰੇ ਸਿੱਖਾਂ ਨੇ ਫਿਰ ਸ਼ਹਾਦਤਾਂ ਦੇਣੀਆਂ, ਚਰਨ ਚੁੰਮੇ ਮਹਾਰਾਜ ਦਸਵੇਂ ਪਾਤਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਕੋ। ਹੌਸਲਾ ਕੋਈ ਆ ਜਾ ਕਿਸੇ ਦਾ, ਆਪਣੇ ਸਿੱਖਾਂ ਨੂੰ ਇੱਦਾਂ ਰਾਤ ਨੂੰ ਪਿਆਰ ਕੀਤਾ ਇੰਨਾ ਜਿੰਨਾ ਪੁੱਤਰ ਪੁੱਤਰਾਂ ਨੂੰ ਕਿਤੇ ਵੱਧ ਪੁੱਤਰ ਰਾਤੀ ਪਿਆਰ ਕੀਤਾ ਵੀ ਸਵੇਰੇ ਤਿਆਰੀ ਕਰਨੀ ਆ, ਇਹਨਾਂ ਸ਼ਹਾਦਤਾਂ ਦੇਣੀਆਂ, ਥੱਕੇ ਹੋਏ ਸੀ, ਪੈਰ ਘੁੱਟੇ ਉਹਨਾਂ ਦੇ, ਅੱਲਾ ਯਾਰ ਕਹਿੰਦਾ ਪੈਰ ਘੁੱਟੇ ਸਿੱਖਾਂ ਦੇ, ਆਪਣੇ ਸਿੰਘਾਂ ਦੇ, ਬਾਹਰ ਦੱਸੇ ਪਾਤਸ਼ਾਹ ਨੇ, ਏਡੀ ਵੱਡੀ ਗੱਲ ਆ। ਔਰ ਜੰਗ ਲੱਗਾ, ਬਾਬਾ ਅਜੀਤ ਸਿੰਘ ਸ਼ਹੀਦ ਹੋ ਗਿਆ, ਬਾਬਾ ਜੋਰਾਵਰ ਸਿੰਘ ਜਾ ਕੇ ਆਖਿਆ ਜੀ ਮੈਨੂੰ ਜਾਣ ਦੀ ਆ ਗਿਆ ਪੁੱਛੋ, ਜਦੋਂ ਜਾਣ ਦੀ ਆ ਗਿਆ ਮਗੀਤ ਉਹਨਾਂ ਕਿਹਾ ਨਾ ਨਹੀਂ ਕੀਤੀ, ਕਹਿੰਦੇ ਤੂੰ ਇਹ ਛੋਟਾ ਹੈ, ਤੂੰ ਇਹਦੇ ਤੈਨੂੰ ਲੜਨਾ ਨਹੀਂ ਆਉਂਦਾ, ਤੂੰ ਕਿੱਦਾਂ ਲੜੇਗਾ, ਤੂੰ ਕਹਿੰਦਾ ਲੜਨਾ ਨਹੀਂ ਆਉਂਦਾ, ਮਰਨਾ ਤਾਂ ਆਉਂਦਾ ਮੈਨੂੰ ਮਰਨਾ ਤਾਂ ਆਉਂਦਾ ਨਾ, ਮੈਨੂੰ ਆ ਗਿਆ ਮਕਸਦ ਮੈਂ ਜਾਣਾ। ਔਰ ਉਹਦੀ ਤਿਆਰੀ ਕੀਤੀ ਦਸਵੇਂ ਪਾਤਸ਼ਾਹ ਨੇ, ਆਪ ਉਹਦੇ ਸਿਰ 'ਤੇ ਦਸਤਾਰ ਦਮਾਲਾ ਸਜਾ ਕੇ ਸ਼ਸਤਰ ਦੇ ਕੇ ਅਤੇ ਮੈਦਾਨੀ ਜੰਗ 'ਚ ਉਹਨੂੰ ਭੇਜਿਆ। ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋਇਆ ਤਾਂ ਵੀ ਕਲਗੀਧਰ ਪਾਤਸ਼ਾਹ ਨੇ ਜੁਕਾਰਾ ਲਾਇਆ ਉਸ ਚੌਂਕ ਆਉਣ ਦੀ ਗੜੀ ਚੋਂ, ਜੁਕਾਰਾ ਲਾਇਆ ਕੋਈ ਪੁੱਤਰ ਦੀ ਮੌਤ ਦੇ ਜੁਕਾਰਾ ਲਾਉਂਦਾ। ਫਿਰ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋਇਆ ਉਦੋਂ ਵੀ ਜੁਕਾਰੇ ਬੁਲਾਏ ਸਮਾਨ ਦਸਵੇਂ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਨੇ ਆਪ ਜੁਕਾਰਾ ਬੁਲਾਇਆ ਕਿਸੇ ਨੇ ਨਹੀਂ, ਤੇ ਕਿਹਾ ਵੀ ਉਸ ਜੁਝਾਰ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਨੇ, ਲੈ ਜਾਓ ਸੁਧਾਰੋ, ਤੁਸੀਂ ਕਰਤਾਰ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਸੀਂ ਕਰਤਾਰ ਕੋ ਸੌਂਪਾ, ਸਿੱਖੀ ਕੋ ਮਾਰੋ ਤੁਸੀਂ ਕਰਤਾਰ ਕੋ ਸੌਂਪਾ, ਰੱਬ ਕੋ ਰੱਬ ਸਾਰੋ ਤੁਸੀਂ ਕਰਤਾਰ ਕੋ ਸੌਂਪਾ। ਤੁਸੀਂ ਕਰਤਾਰ ਕੋ ਸੌਂਪਾ, ਆਪ ਜੰਗ ਕੀ ਹਿੰਮਤ ਵਾਹਿਗੁਰੂ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਪੁੱਤਰ ਨੂੰ ਬਖਸ਼ਿਆ, ਤੇ ਉੱਥੇ ਸਿੰਘਾਂ ਨਾਲ ਗੱਲ ਕਰਦੇ ਆ
ਕਿ ਜਿਸ ਕਹਿੰਦੇ ਦਸਵੇਂ ਪਾਤਸ਼ਾਹ ਕਿ ਹਮ ਜਿਸ ਜਗ੍ਹਾ ਪੇ ਹਮ ਕਹਿਤੇ ਥੇ ਜਾਣਾ ਯੇ ਵਹੀ ਹੈ, ਜੇ ਜਹਾਂ ਪੇ ਬੱਚੋਂ ਕੋ ਕਟਾਣਾ ਯੇ ਵਹੀ ਹੈ, ਜਿਸ ਜਗ੍ਹਾ ਸੇ ਕਾ ਲੂਟ ਕਰ ਜਾਣਾ ਯੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਕਿ ਠਿਕਾਣਾ ਯੇ ਵਹੀ ਹੈ। ਚਮਕੌਰ ਦੀ ਗੜੀ ਦੇ ਵਿੱਚ ਸਾਰਾ ਪਰਿਵਾਰ ਉੱਥੇ ਸ਼ਹੀਦ ਹੋ ਰਿਹਾ, ਸਿੰਘ ਸ਼ਹੀਦ ਹੋ ਰਿਹਾ, ਔਰ ਆਖਿਰਕਾਰ ਉਹ ਮਰਜ਼ਾਦਾ ਪੂਰੀ ਕਰ ਦਿੱਤੇ ਕਿ ਜਦੋਂ ਸਿੰਘ ਸਾਰੇ ਸ਼ਹੀਦ ਹੋ ਗਏ, ਅੱਠ ਸਿੰਘ ਬਾਕੀ ਬਚੇ, ਉਸ ਵੇਲੇ ਸਿੰਘਾਂ ਨੇ ਹੁਕਮ ਕੀਤਾ, ਮਹਾਰਾਜ ਨੇ ਫੈਸਲਾ ਕੀਤਾ, ਭਾਈ ਦਇਆ ਸਿੰਘ ਨੇ ਪੰਜਾਂ ਸਿੰਘਾਂ ਨੇ ਖੜਕੇ ਵੀ ਸੱਚੇ ਪਾਤਸ਼ਾਹ ਹੁਣ ਤੁਸੀਂ ਜਾਓ ਅਤੇ ਤੁਸੀਂ ਹੋਰ ਵੀ ਸਿੱਖ ਤਿਆਰ ਕਰ ਲਓਗੇ। ਲੇਕਿਨ ਇੱਥੇ ਹੁਣ ਇਸ ਵੇਲੇ ਹਾਲਾਤ ਇੱਦਾਂ ਦੇ ਹੋ ਗਏ ਨੇ ਕਿ ਇੱਥੋਂ ਬਹੁਤ ਜ਼ਰੂਰੀ ਜਾਣਾ ਤੁਹਾਡਾ ਬਣਦਾ। ਮਹਾਰਾਜ ਕਹਿੰਦੇ ਨਹੀਂ, ਦਸਵੇਂ ਪਾਤਸ਼ਾਹ ਨੇ ਪਹਿਲਾਂ ਜਾਣ ਤੋਂ ਨਾ ਕੀਤੀ ਆ। ਮਹਾਰਾਜ ਕਹਿਆ ਗੱਲ ਆਪਣੇ ਮੁਖਾਰਮੇ ਤੋਂ ਕਿ ਹੇ ਰੱਬ, ਹੇ ਸਤਿ ਕਰੁਣਾ ਨਿਧ, ਮੇਰੀ ਅਵੇ ਬੇਨਤੀ ਸੁਣ ਲੀਜੇ, ਔਰ ਨਾ ਮਾਂਗ ਤੂੰ ਤੁਮ ਦੇ ਕਸ਼, ਚਾਹਤ ਹੈ ਜਿਤਨੇ ਸੋ ਕੀਜੇ, ਸ਼ਸਤਰ ਸਿਉਂਤ ਹੀ ਰਣ ਭੀਤਰ, ਜੂਝ ਮਰਨ ਤੋਂ ਸਾਥ ਦੀਜੇ, ਸਾਧ ਸਹਾਈ ਸਦਾ ਜਗ ਮਾਈ, ਕਿਰਪਾ ਕਰ ਸਿਆਮ ਇਹ ਵਰ ਦੀਜੇ। ਰੱਬ ਅੱਗੇ ਅਰਦਾਸ ਕੀਤੀ ਹੈ ਕਿ ਮੈਂ ਇੱਥੇ ਸ਼ਹੀਦ ਹੋ ਗਿਆ ਮਦਾਨੇ ਜੰਗ ਦੇ ਵਿੱਚ, ਮੈਨੂੰ ਵਰ ਦੇ, ਮੈਨੂੰ ਸ਼ਕਤੀ ਬਖਸ਼, ਮੈਨੂੰ ਕਿ ਮੈਂ ਵੀ ਆਪਣੇ ਸਿੰਘਾਂ ਦੀ ਤਰ੍ਹਾਂ ਮੈਂ ਸ਼ਹਾਦਤ ਪ੍ਰਾਪਤ ਕਰਾਂ, ਮਹਾਰਾਜ ਕਵੀ ਦਰ ਪਾਤਸ਼ਾਹ ਨੇ ਆਦਾ। ਲੇਕਿਨ ਪੰਜਾਂ ਪਿਆਰਾ ਹੋ ਸੀ ਵਾਹ ਪਰ ਲੋਕ ਮਰਦਾ ਗਮਣਾ ਵਿਆਹ ਅਕੇਲਾ, ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰਜੇਲਾ। ਉਹ ਮਰਜ਼ਾ ਪੂਰੀ ਕਰਨ ਵਾਸਤੇ ਉਹਨਾਂ ਨੇ ਉੱਥੋਂ ਫੈਸਲਾ ਕੀਤਾ, ਆਪਣਾ ਦਸਤਾਰ ਕਲਦੀ ਸਜਾ ਕੇ ਭਾਈ ਸੰਤ ਸਿੰਘ ਦੇ ਸੰਗਤ ਸਿੰਘ ਦੇ ਸਿਰ ਦੇ ਉੱਤੇ, ਔਰ ਕਲਗੀ ਲਾ ਕੇ, ਔਰ ਉਹਨੇ ਉੱਥੇ ਖਾਲਸਾ ਪੰਥ ਨੂੰ ਗੱਦੀ ਬਖਸ਼ੀ, ਮਹਾਰਾਜ ਪੰਥ ਦੀ ਗੱਦੀ ਪਹਿਲੀ ਵਾਰ ਉਹਨੂੰ ਗੱਦੀ ਦੇ ਦਿੱਤੀ, ਔਰ ਉਹਨੂੰ ਉੱਥੇ ਬਿਠਾਇਆ, ਔਰ ਆਪ ਉੱਥੋਂ ਚੱਲ ਪਏ। ਅਤੇ ਜਦੋਂ ਚੱਲੇ ਮੈਂ ਪੜ੍ਹਦਾ ਸੀ, ਮੈਂ ਅਸੀਂ ਪੜ੍ਹਦੇ ਨਹੀਂ ਨਾ ਕਿ ਵੀ ਕਿੱਦਾਂ ਗੁਰੂ ਸਾਹਿਬ ਇੱਥੋਂ ਗਏ ਫਿਰ ਮਾਛੀ ਵਾਲੇ ਗਏ, ਇੰਨੀ ਗੱਲ ਕਰਕੇ ਤੁਰ ਜਾਂਦੇ ਹੈਗੇ। ਪਰ ਜਦੋਂ ਮਾਛੀ ਵਾਲੇ ਤੋਂ ਜਦੋਂ ਚਮਕੌਰ ਦੀ ਗੜੀ ਜੋ ਸਤਿਗੁਰੂ ਨਿਕਲੇ ਆ, ਅਤੇ ਦੋ ਦਿਨ ਤੋਂ ਦੋ ਰਾਤਾਂ ਚਮਕੌਰ ਤੋਂ ਮਾਛੀ ਵਾਲੇ ਤੱਕ ਲੱਗਾ ਟਾਈਮ ਉਹਨਾਂ ਨੂੰ, ਅਤੇ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਹੋਣਗੀਆਂ, ਨਾ ਰੋਟੀ ਲੱਭੀ ਨਾ ਪਾਣੀ ਲੱਭਾ, ਅਤੇ ਮੁਗਲ ਪਿੱਛੇ ਆ, ਫੌਜਾਂ ਪਿੱਛੇ ਲੱਗੀਆਂ, ਲੱਭ ਰਹੀਆਂ, ਸਾਰੀ ਰਾਤ ਲੜਦੇ ਆ। ਸੌ ਘੰਟੇ ਬਾਅਦ ਜਾ ਕੇ ਮਹਾਰਾਜ ਨੂੰ ਪਾਣੀ ਤਾਂ ਆਰਾਮ ਦਾ ਕਰ ਮਿਲਿਆ ਸੀ, ਮੈਂ ਕਿਤੇ ਦੋ ਮਿੰਟ ਬਹਿ ਕੇ ਆਰਾਮ ਕਰ ਲੈਣਾ। ਸੌ ਘੰਟੇ ਲਗਾਤਾਰ ਲੜਦੇ ਰਹੇ, ਅਤੇ ਲੜਨਾ ਤਾਂ ਹੀ ਮਤਲਬ ਜਾਗਦੇ ਆ, ਕਿਤੇ ਇੱਕ ਮਿੰਟ ਬਹਿ ਕੇ ਵੀ ਨਹੀਂ ਦੇਖੀ, ਏਡੀ ਵੱਡੀ ਸੰਕਟ ਦੇ ਵਿੱਚ ਮਹਾਰਾਜ ਨੇ। ਇਸ ਕਰਕੇ ਉਹਨਾਂ ਨੇ ਜੋ ਇੱਥੋਂ ਗਏ ਰਸਤੇ ਵਿੱਚ ਅੱਕ ਵੀ ਖਾਧੇ, ਮਹਾਰਾਜ ਅੱਕਾਂ ਦੀਆਂ ਕਰੋਲਾਂ ਖਾਧੀਆਂ ਭੁੱਖ ਮਟਾਉਣ ਦੀ, ਔਰ ਰੋੜਾਂ ਦੇ ਸੁੱਤੇ ਰਾਤਾਂ ਕੱਟੀਆਂ, ਉਹ ਮਗਰ ਚੜੇ ਹੋਏ ਸੀ ਆਰਾਮ ਲੈਣ ਵਾਲੇ ਵੀ ਤੁਰੇ ਫਿਰਦੇ, ਵੀ ਲੱਭ ਜਾਂਦਾ ਸੀ ਕਈ ਲੱਭ ਗਏ ਗੁਰੂ ਸਾਹਿਬ, ਬੜੀ ਵੱਡੀ ਲੰਬੀ ਕਥਾ ਮਤਲਬ ਦਸਵੇਂ ਪਾਤਸ਼ਾਹ ਚਮਕੌਰ ਦੀ ਗੜੀ 'ਚ, ਉੱਥੋਂ ਫਿਰ ਅੱਗੇ ਗਨੀ ਖਾਨ ਨਵੀ ਖਾਨ ਨੇ ਅੱਗੇ ਉਹਨਾਂ ਨੂੰ ਪਹੁੰਚਾਇਆ, ਉੱਚਦਾ ਪੀਰ ਬਣ ਕੇ ਗਏ। ਇਸ ਕਰਕੇ ਅੱਜ ਸ਼ਹਾਦਤ ਦਾ ਦਿਹਾੜਾ, ਮੈਂ ਸਿੰਘ ਸਾਹਿਬ ਨੂੰ ਕਹਾਂਗੇ ਵੀ ਐਤਕੀ ਦਾ ਸਾਲ ਤਾਂ ਲੰਘ ਗਿਆ, ਅੱਜ ਤਾਈਂ ਅਗਲੀ ਵਾਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ, ਬੋਡੇ ਸਾਹਿਬਜ਼ਾਦਿਆਂ ਦਾ, ਇਹ ਪ੍ਰਭਾਤ ਫੇਰੀਆਂ ਇੱਦਾਂ ਹੀ ਨਿਕਲਣਗੀਆਂ, ਇਹ ਉਹਨਾਂ ਦੇ ਨਾਂ ਦੇ ਉੱਤੇ ਕੱਢੀਆਂ ਜਾਣਗੀਆਂ ਕਿ ਉਹਨਾਂ ਦੀਆਂ ਸ਼ਹਾਦਤ ਨੂੰ ਸਮਰਪਿਤ ਹੋਵੇ ਸਾਰਾ ਕੁਝ। ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਗਿਆ ਸਾਰਾ ਕੁਝ। ਅੱਜ ਪੰਜਾਬ ਦੇ ਵਿੱਚ ਮੈਂ ਦੇਖਿਆ, ਕੱਲ੍ਹ ਜਾ ਮੈਂ ਗਿਆ ਉਹਦੇ, ਉੱਥੇ ਏਡਾ ਮੇਲਾ ਲੋਕਾਂ ਦੇ, ਲੱਖਾਂ ਲੰਗਰ ਲੱਗੇ ਹੋਏ, ਅਸੀਂ ਲੰਗਰ ਕਰਦੇ, ਮੈਂ ਸੜਕ ਦੇ ਸੌ ਸੌ ਲੰਗਰ ਲੱਗਾ ਹੋਇਆ, ਹਰ ਬੰਦੇ ਲਾ ਹੋਇਆ ਲੰਗਰ, ਲੋਕ ਹੀ ਪੁੰਜੇ ਸੁਣਦੇ ਨੇ ਦਿਨ 'ਚ, ਬੈਡ 'ਤੇ ਨਹੀਂ ਸੁਣਦੇ, ਕਿਉਂਕਿ ਜਿੱਦਣ ਮਾਤਾ ਗੁਜਰੀ ਜੀ ਉੱਥੋਂ ਪਿਛੜੇ ਸਨ, ਅਤੇ ਆਹ ਰਾਤ ਉਹ ਰਾਤ ਕੌਮੇ ਮਲਾਹ ਦੀ ਝੁੱਗੀ ਸਰਸਾ ਦੇ ਕੰਢੇ ਦੇ ਉੱਤੇ, ਇੱਕ ਮਲਾਹ ਦੀ ਝੁੱਗੀ 'ਚ ਰਾਤ ਕੱਟੀ, ਆਪਣੇ ਬੱਚਿਆਂ ਨੂੰ ਲੈ ਕੇ ਛਾਤੀਆਂ ਲਾ ਕੇ, ਕਹਿਰ ਦੀ ਠੰਡ ਵਿੱਚ ਜਦ ਧਿਆਨ ਮਾਰੋ ਜਰਾ ਵੀ ਆਪਣੇ ਬੱਚੇ ਵੀ ਕੋਲ ਹੋਣ, ਅਤੇ ਠੰਡ ਵੀ ਇੰਨੀ ਹੋਵੇ, ਸਰਸਾ ਦਾ ਕੰਢਾ ਵੀ ਹੋਵੇ, ਸਹਾਰਾ ਵੀ ਕੋਈ ਨਾ ਹੋਵੇ, ਅਤੇ ਫਿਰ ਸਮਝਾਓ ਆਪਣਾ ਹਾਲ ਕੀ ਹੋਊਗਾ। ਉਹ ਹਾਲ ਅੱਜ ਮਾਤਾ ਗੁਜਰੀ ਦਾ ਸੀ, ਅੱਜ ਮਾਤਾ ਗੁਜਰੀ ਉਸ ਹਾਲਾਤ ਬੈਠੀ ਆ ਕਿ ਮੀਂਹ ਪੈ ਰਿਹਾ, ਠੰਡ ਕਹਿਰ ਦੀ ਆ, ਬੱਚੇ ਗੋਦੀ 'ਚ ਲਏ ਹੋਏ ਆ, ਕੁੰਮੇ ਮਲਾਈ ਝੁੱਗੀ ਸੜੀ ਪਈ ਝੁੱਗੀ ਦੇ ਵਿੱਚ ਰਾਤ ਕੱਟੀ ਆ, ਸਵੇਰੇ ਨਿਕਲੇ ਉੱਥੋਂ, ਤਾਂ ਸਵੇਰੇ ਗੰਗੂ ਦੇ ਹੱਥ ਆ ਗਿਆ, ਜੇ ਉੱਥੋਂ ਨਿਕਲੇ ਫਿਰ ਸੋਈਏ ਗੰਗੂ ਦੇ ਹੱਥ ਆ ਗਏ ਬੇਈਮਾਨ ਦੇ,
ਉਹਨੇ ਜਾ ਕੇ ਬੇਈਮਾਨ ਹੋ ਗਿਆ, ਉਹਨੇ ਗਾਂ ਵਜ਼ੀਰ ਖਾਂ ਨੂੰ ਦੇ ਦਿੱਤੇ ਅਤੇ ਵਜ਼ੀਰ ਖਾਂ ਨੇ ਜਾ ਕੇ ਇੱਧਰ ਸ਼ਹੀਦ ਕਰ ਦਿੱਤੇ। ਕਿੰਨਾ ਕੁ ਸੰਕਟ ਸੀ ਉਹ, ਕਿੰਨੀ ਕੁ ਔਖੀ ਸੀ ਗੱਲ ਕਿ ਜਦੋਂ ਸਾਹਿਬਜ਼ਾਦੇ ਜੀ ਅੱਗੇ ਸ਼ਹਾਦਤ ਹੋਈ ਆ ਕਿ ਦਾਦੀ ਮਾਤਾ ਜਿਹੜੀ ਆ, ਕਈ ਸ਼ਹਿਰ ਲੋਕ ਲਿਖਦੇ ਆ ਉਹ ਜੀ ਮਾਤਾ ਗੁਜ਼ਰੀ ਜਿਹੜੀ ਸੀ, ਉਸ ਵੇਲੇ ਉਹਨਾਂ ਨੇ ਬੇਹੋਸ਼ ਹੋ ਗਿਆ ਜੀ, ਫਲਾਣਾ ਹੋ ਗਿਆ। ਬਿਲਕੁਲ ਗਲਤ ਗੱਲ ਆ, ਮਾਤਾ ਗੁਜ਼ਰੀ ਜਿਹੜੀ ਸੀ ਕੋਈ ਆਮ ਔਰਤ ਸੀ ਬਾਈ, ਸੰਸਾਰ 'ਚ ਉਹ ਔਰਤ ਪੈਦਾ ਨਹੀਂ ਹੋ ਸਕਦੀ, ਏਡੀ ਵੱਡੀ ਏਡੀ ਮਹਾਨ ਮਾਤਾ ਨਹੀਂ ਹੋ ਸਕਦੀ। ਉਹ ਬ੍ਰਹਮ ਗਿਆਨੀ ਸੀ, ਉਹਨਾਂ ਦੇ ਅੰਦਰ ਬ੍ਰਹਮਤਾ ਵਸੀ ਹੋਈ ਸੀ, ਉਹਨਾਂ ਦਾ ਕੀ ਸੀ ਸਵਾਸ ਉਹਨਾਂ ਦੀ ਮਰਜ਼ੀ ਦੇ ਸੀ, ਜੋ ਰੋਕਦਾ ਉਹਨਾਂ ਆਪ ਹੀ ਰੋਕਦਾ, ਵੀ ਛੁੱਟੀ ਕੀਤੀ ਚਲੇ ਗਿਆ ਸਤਿਗੜ ਨੂੰ। ਅਸੀਂ ਆਪਣੀਆਂ ਕਈ ਵਾਰ ਗੱਲਾਂ ਬਣਾ ਬਣਾ ਕੇ ਕਈ ਇਲਾਜ ਲਿਖਾ ਹੀ ਲਿਆ, ਅਸੀਂ ਭੈਣੀਆਂ ਲਿਖ ਦਿੰਦੇ ਹਾਂ ਜਿਹੜੀਆਂ ਪੜ੍ਹੀਆਂ ਨਹੀਂ ਜਾਂਦੀਆਂ। ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਸ਼ਹਾਦਤ ਦਾ ਦਿਨ, ਉਹਨਾਂ ਨੂੰ ਅਸੀਂ ਨਤਮਸਤਕ ਹੋ ਗਏ, ਹੱਥ ਜੋੜ ਕੇ ਨਤਮਸਤਕ ਹੁੰਦੇ ਹਾਂ ਕਿ ਇਹ ਸ਼ਹਾਦਤ ਨੇ ਹੀ ਅੱਜ ਸਿੱਖਾਂ ਨੂੰ ਜੀਣ ਦਾ ਹੱਕ ਦਿੱਤਾ। ਇਹ ਸ਼ਹਾਦਤ ਨਾ ਹੁੰਦੀ ਅੱਜ ਸਿੱਖ ਭੱਜ ਭੱਜ ਕੇ ਸ਼ਹੀਦ ਨਾ ਹੁੰਦਾ, ਇਹ ਸ਼ਹਾਦਤਾਂ ਨਾ ਹੁੰਦੀਆਂ ਬੱਚੇ ਛੋਟੇ ਨਾਲ ਸ਼ਹੀਦ ਹੁੰਦੇ, ਅਤੇ ਅੱਜ ਕੋਈ ਸਿੱਖ ਮਰਨ ਲਈ ਤਿਆਰ ਹੁੰਦਾ, ਅੱਜ ਉਹ ਮਰਨ ਦੀ ਵਾਰੀ ਉਹਨਾਂ ਦਾ ਸਿਰ ਭੱਜ ਭੱਜ ਕਿਉਂ ਮਰਦਾ, ਉਹਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਗੁਰੂ ਸਾਹਿਬ ਦੇ ਕੋਲ ਜਾ ਰਿਹਾ, ਉਹਨੂੰ ਇਹ ਸਭ ਮਹਿਸੂਸ ਹੁੰਦਾ ਕਿ ਮੈਂ ਉਹਨਾਂ ਸ਼ਹੀਦਾਂ ਕੋਲ ਜਾ ਰਿਹਾ, ਇਸ ਕਰਕੇ ਉਹ ਸ਼ਹੀਦ ਹੁੰਦਾ। ਇਸ ਕਰਕੇ ਅੱਜ ਮੈਂ ਇਹ ਬੇਨਤੀ ਨਹੀਂ ਕਰਨੀ ਸੀ, ਹੁਣ ਮੈਂ ਬੇਨਤੀ ਇਹ ਕਰਨੀ ਆ ਕਿ ਇੱਥੋਂ ਰਾਜਗੀਰ ਦਾ ਆਪਾਂ ਮਨਾ ਰਹੇ ਹਾਂ, ਬੱਸਾਂ ਇੱਥੋਂ ਜਾਣੀਆਂ ਅਤੇ ਬੱਸਾਂ ਉੱਥੋਂ ਆਉਣੀਆਂ, ਉਹਨਾਂ ਬੱਸਾਂ ਦਾ ਕੋਈ ਕਿਰਾਇਆ ਨਹੀਂ ਲੱਗਣਾ, ਫਰੀ ਜਾਣੀਆਂ ਅਤੇ ਫਰੀ ਆਉਣੀਆਂ। ਜੇ 20 ਬੱਸਾਂ ਦੀ ਰੋਡ 'ਤੇ 20 ਆਉਣਗੀਆਂ, 50 ਦੀ ਰੋਡ 'ਤੇ 50 ਆਉਣਗੀਆਂ, 100 ਦੀ ਰੋਡ 'ਤੇ 100 ਆਉਣਗੀਆਂ, ਜਿਹੜੀ ਸੰਗਤ ਨੂੰ ਇੱਕ ਮਿੰਟ ਦੀ ਵੀ ਉੱਥੇ ਤਕਲੀਫ ਨਹੀਂ ਹੋਊਗੀ। ਉਹ ਬੱਸਾਂ ਜਾਣਗੀਆਂ ਉੱਥੋਂ ਉੱਥੇ ਟੁੱਟ ਜਾਣਗੀਆਂ, ਹਰ ਅੱਧੇ ਘੰਟੇ ਬਾਅਦ ਬੱਸ ਫਿਰ ਚੱਲਦੀ ਰਹੇਗੀ। ਸਾਡਾ ਸਟੈਂਡ ਵੱਖਰਾ ਹੋਇਆ ਲੱਗਾ ਹੋਇਆ, ਅੰਦਰ ਸਾਰਾ ਦਿਨ ਕੀਰਤਨ ਸੁਣੋ, ਉੱਥੇ ਸਾਰਾ ਦਿਨ ਫਿਰ ਆਨੰਦ ਲਵਾਓ, ਅਤੇ ਜਦੋਂ ਤੁਹਾਡਾ ਦਿਲ ਕਰੇ ਵਾਪਸ ਆਉਣਾ, ਕਿਉਂਕਿ ਸੋਣਾ ਰਾਤ ਇੱਥੇ ਆ ਗਿਆ। ਲੰਗਰ ਉੱਥੇ ਬਹੁਤ ਆ, ਲੰਗਰ ਉੱਥੇ ਵੀ ਬੇਸ਼ੁਮਾਰ ਆ, ਲੰਗਰ ਇੱਥੇ ਵੀ ਬੇਸ਼ੁਮਾਰ ਆ, ਲੇਕਿਨ ਰਾਤ ਇੱਥੇ ਕੱਟਣੀ ਜਾ ਕੇ, ਕਿਉਂਕਿ ਉੱਥੇ ਪਾਣੀ ਦੀ ਪ੍ਰੋਬਲਮ ਸੀ, ਪੂਰਾ ਪ੍ਰਬੰਧ ਨਹੀਂ ਉਹਨਾਂ ਹੋ ਸਕਿਆ ਜਿੰਨਾ ਪਾਣੀ ਚਾਹੀਦਾ ਸੀ ਉੱਥੇ। ਇਸ ਕਰਕੇ ਜਦੋਂ ਤੁਸੀਂ ਜਾਣਾ, ਜਾਣ ਵਾਲਿਆਂ ਨੂੰ ਫਰੀ ਬੱਸਾਂ ਲੈ ਕੇ ਜਾਣਗੀਆਂ ਅਤੇ ਫਰੀ ਬੱਸਾਂ ਲੈ ਕੇ ਆਉਣਗੀਆਂ, ਇੱਥੇ ਆ ਕੇ ਆਪਣੇ ਟੈਂਟਾਂ ਦੇ ਵਿੱਚ ਆਪਣੇ ਕਮਰਿਆਂ ਦੇ ਵਿੱਚ ਆ ਕੇ ਤੁਸੀਂ ਆਰਾਮ ਕਰਨਾ, ਸਵੇਰੇ ਫਿਰ ਜਾਣਾ, ਫਿਰ ਉਸੇ ਤਰ੍ਹਾਂ ਬੱਸਾਂ ਜਿਵੇਂ 3 ਦਿਨ 27 ਤਰੀਕ 28 ਤਰੀਕ ਤਾਂ 29 ਤਰੀਕ 38 ਨੂੰ ਸਮਾਪਤੀ ਹੋਏਗੀ, ਫਿਰ 30 ਤਰੀਕ ਨੂੰ ਇੱਥੋਂ ਵੱਡੀ ਪ੍ਰਭਾਤ ਫੇਰੀ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਇੱਥੋਂ ਲੈ ਕੇ ਸਰੂਪ ਅਤੇ ਜਾਏਗਾ ਕੰਗਣ ਘਾਟ। ਕੰਗਣ ਘਾਟ ਜਿਹੜਾ ਗੁਰਦੁਆਰਾ ਹੈ ਉਹ ਤਿਆਰ ਹੋ ਚੁੱਕਾ, ਉਹ ਬਾਬਾ ਬਚਨ ਸਿੰਘ ਜੀ ਜਿਹੜੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਾ ਦੇ ਬੈਠੇ ਨੇ ਉਹਨਾਂ ਦੀ ਥਾਂ ਦੇ ਉੱਤੇ, ਉਹਨਾਂ ਨੇ ਗੁਰਦੁਆਰਾ ਤਿਆਰ ਕਰਤਾ, ਬਹੁਤ ਵਧੀਆ ਬਿਲਡਿੰਗ ਬਣੀ ਆ, ਉੱਥੇ ਪ੍ਰਕਾਸ਼ ਹੋਣਾ 30 ਤਰੀਕ ਨੂੰ, ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਉਹ ਹਿੱਸਾ ਲੈਣਾ। 31 ਤਰੀਕ ਨੂੰ ਇੱਥੇ ਵੱਡੇ ਕਵੀ ਦਰਬਾਰ ਹੋਣੇ ਆ, ਔਰ ਪਹਿਲੀ ਨੂੰ ਢਾਡੀਆਂ ਨੇ ਵੀ ਗਾਉਣਾ, ਰਾਗੀ ਵੀ ਆਉਣੇ, ਢਾਡੀ ਵੀ ਆਉਣੇ ਅਤੇ ਕਵੀ ਵੀ ਆਉਣੇ, ਅਤੇ 2 ਤਰੀਕ ਨੂੰ ਅਖੀਰਲਾ ਪ੍ਰੋਗਰਾਮ ਆ ਇੱਥੇ। ਇਹਨਾਂ ਦਿਨਾਂ ਦੇ ਵਿੱਚ ਵੱਧ ਚੜ੍ਹ ਕੇ ਸੰਗਤਾਂ ਆਓ, ਜਿੱਥੋਂ ਜਿੱਥੋਂ ਸੰਗਤਾਂ ਨੇ ਆਉਣਾ, ਕਿਸੇ ਗੱਲ ਦੀ ਕੋਈ ਘਾਟ ਨਹੀਂ, ਆਪਣੇ ਘਰ ਬੈਠੇ ਆਪਣੇ ਟੈਂਟ ਬੁੱਕ ਕਰਾਓ, ਟੈਂਟ ਇੰਨੇ ਵਧੀਆ ਬਣਾ ਤੇ ਲੈ ਕੇ ਕਿ ਕਮਰੇ ਭੁੱਲ ਜਾਓਗੇ ਤੁਸੀਂ, ਕਮਰ ਟੈਂਟਾਂ ਦੇ ਵਿੱਚ ਗਰਮ ਪਾਣੀ ਹਰ ਤਰੀਕੇ ਦਾ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ। ਮੈਂ ਇੱਥੋਂ ਦੀ ਸਰਕਾਰ ਦਾ ਧੰਨਵਾਦ ਕਰਦਾ, ਨਿਤੀਸ਼ ਕੁਮਾਰ ਨੇ ਘੱਟ ਤੋਂ ਘੱਟ 50 ਕਰੋੜ ਰੁਪਇਆ ਲਾ ਕੇ ਇਹ ਸਾਰਾ ਪ੍ਰਬੰਧ ਕੀਤਾ, ਉਹ ਬੱਸਾਂ ਦਾ ਵੀ, ਰਹਿਣ ਦਾ ਵੀ, ਪਾਣੀ ਦਾ ਵੀ, ਬਿਜਲੀ ਦਾ ਵੀ, ਔਰ ਲਾਈਟਿੰਗ ਜਿਹੜੀ ਬਾਹਰ ਸਾਰੇ ਸ਼ਹਿਰ 'ਚ ਉਹਦਾ ਵੀ। ਇਸ ਕਰਕੇ ਉਹਦਾ ਵੀ ਬਹੁਤ ਧੰਨਵਾਦ ਕਰਦਾ, ਤੁਹਾਨੂੰ ਜੀ ਆਖਦਾ ਕਿ ਤੁਸੀਂ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਆ, ਕੋਈ 1000 ਮੀਲ ਤੋਂ, ਕੋਈ 500 ਮੀਲ ਤੋਂ, ਅਤੇ ਗੁਰੂ ਮਹਾਰਾਜ ਦੇ ਦਰਸ਼ਨਾਂ ਵਿੱਚ ਆਏ ਨੇ ਇੱਥੇ, ਤੁਹਾਨੂੰ ਵੀ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕੀਤੀ ਹੈ ਕਿ ਚਰਨੀ ਸ਼ਰਨ ਗੁਰ ਇੱਕ ਚੈਬਣਾ ਜਾਏ ਚੱਲ, ਸਤਿਗੁਰ ਕੋਟ ਪੈਣਾ ਆਗੇ ਹੋਏ ਲੇਤ ਹੈ। ਜੋ ਸਿੱਖ ਤੁਰ ਪੈਂਦਾ ਜਿੱਥੋਂ ਵੀ ਤੁਰਦਾ ਗੁਰੂ ਦਾ ਨਾਂ ਲੈ ਕੇ ਕਿ ਮੈਂ ਹੁਣ ਜਾਣਾ ਉਹਨਾਂ ਦੇ ਚਰਨਾਂ 'ਚ, ਅਤੇ ਸਤਿਗੁਰ ਆਪ ਹੀ ਪਹਿਲਾਂ ਚੱਲ ਪੈਂਦੇ ਉੱਥੇ। ਇਸ ਕਰਕੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਾਸਤੇ ਬੇਨਤੀ ਕਰਨੀ ਚਾਹੁੰਦਾ ਸੀ ਕਿ ਅੱਜ ਦਾ ਸ਼ਹੀਦੀ ਦਿਹਾੜਾ, ਅਤੇ ਸ਼ਹੀਦੀ ਦਿਹਾੜੇ ਨੂੰ ਸਨਮਾਨ ਪਤਾ ਕੱਲ੍ਹ ਤੋਂ ਪ੍ਰਭਾਤ ਵੀ ਇੱਦਾਂ ਹੀ ਕਰਿਆ ਕਰਾਂਗੇ, ਤਾਂ ਕਿ ਉਹਨਾਂ ਨੂੰ ਯਾਦ ਕਰੀਏ ਸ਼ਹੀਦਾਂ ਨੂੰ। ਬਹੁਤ ਵੱਡੀਆਂ ਸ਼ਹਾਦਤਾਂ, ਇਸ ਤੋਂ ਵੱਡੀ ਸ਼ਹਾਦਤ ਗੁਰੂ ਸਾਹਿਬ ਨੂੰ ਇੱਕੋ ਸ਼ਹਾਦਤ ਨੇ ਤਕਲੀਫ ਦਿੱਤੀ ਹੈ, ਇੱਕੋ ਨੇ ਉਸ ਛੋਟੇ ਸਾਹਿਬਜ਼ਾਦਿਆਂ ਦੀ, ਕਿਉਂਕਿ ਧੋਖਾ ਕੀਤਾ ਉਹਨੇ, ਬੇਈਮਾਨੀ ਕੀਤੀ ਉਹਨੇ, ਮਸੂਮਾਂ ਨੂੰ ਮਾਰਿਆ ਉਹਨੇ, ਔਰ ਉਹਦਾ ਬਦਲਾ ਵੀ ਐਸਾ ਲਿਆ ਜੜਾਂ ਪਟ ਕੇ ਰੱਖ ਦਿਆ ਸਰਹੰਦ ਦੀਆਂ, ਜੜਾਂ ਪਟ ਕੇ ਰੱਖ ਦੀਆਂ ਮੁਗਲੀਆਂ ਰਾਜ ਦੀਆਂ, ਜੜਾਂ ਪਟਦੀਆਂ ਅੰਗਰੇਜ਼ੀਆਂ ਪਟ ਕੇ ਰੱਖ ਦੀਆਂ। ਅੱਜ ਕਿੱਥੇ ਗਏ ਮੁਗਲ, 700 ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਕਿੱਥੇ ਗਈਆਂ,
ਕਿੱਥੇ ਕਹਿੰਦੇ ਲੋਕ ਕਹਿੰਦੇ ਸੀ ਸਾਰੇ ਮੁਸਲਮਾਨ ਬਣ ਜਾਓ ਨਹੀਂ ਸਾਰਿਆਂ ਨੂੰ ਮਾਰ ਦਿਆਂਗਾ ਮੈਂ ਇਹ ਕੀ ਦੱਸਿਆ ਔਰੰਗਜ਼ੇਬ ਬਣ ਜਾਓ ਮੁਸਲਮਾਨ ਨਹੀਂ ਢਾ ਲਿਆਂਗਾ ਮੰਦਰ ਸਾਰੇ ਲਾ ਲਿਆਂਗੇ ਜਿੰਦੂ ਸਾਰੇ ਕਿੱਥੇ ਗਿਆ ਉਹ ਗਿਆ ਕਲਗੀਧਰ ਪਾਤਸ਼ਾਹ ਦੀ ਮਾਰ ਤੋਂ ਭੱਜਿਆ ਗੁਰੂ ਸਾਹਿਬ ਨਾਲ ਇਹਨੇ ਸ਼ਹਾਦਤ ਦੇ ਉਹ ਕਦੀ ਨਾ ਜਾਂਦਾ ਅੱਜ ਸਫਾਇਆ ਕਰਤਾ ਉਹਨਾਂ ਦਾ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਨਿੰਦਰ ਸਿੰਘ ਉਹਨਾਂ ਨੂੰ ਕਿਹਨੇ ਕੱਢਿਆ ਇੱਥੋਂ ਮੁਗਲਾਂ ਨੂੰ ਹੈ ਕੋਈ ਹੋਰ ਸੂਰਮਾ ਕੋਈ ਯੋਧਾ ਦੱਸਿਆ ਕੋਈ ਆ ਕੇ ਸਾਨੂੰ ਇਹ ਜਿੰਨੇ ਬੰਦੇ ਹਿੰਦੁਸਤਾਨ ਵਿੱਚ ਬਸੇ ਆਬਾਦ ਹੋਇਆ ਇਹ ਉਹਨਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹੋਇਆ ਇਹ ਪਹਿਲਾਂ ਕੋਈ ਮੰਦਰ ਨਹੀਂ ਰਹਿਣ ਦਿੱਤਾ ਉਹਨੇ ਉਸ ਤੋਂ ਬਾਅਦ ਮੰਦਰ ਬਣੇ ਅੱਜ ਖੜੇ ਨੇ ਮੰਦਰ ਸਾਰੇ ਭਾਰਤ ਵਰਸ਼ ਦਾ ਬਾਗ ਦਾ ਫੜ ਰਿਹਾ ਹੈ ਆ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਣ ਰਿਹਾ ਹੈ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਣ ਰਿਹਾ ਹੈ ਮੇਰੀ ਉਹ ਭੈਣਾਂ ਜਦੋਂ ਸ੍ਰੀ ਸੰਧੂਰ ਪਾਓ ਮੇਰੀ ਉਹ ਭੈਣਾਂ ਜਦੋਂ ਸ੍ਰੀ ਸੰਧੂਰ ਪਾਓ ਮਾਤਾ ਗੁਜਰੀ ਦਾ ਪਹਿਲਾਂ ਧੰਨਵਾਦ ਕਰਨਾ ਮਾਤਾ ਗੁਜਰੀ ਦਾ ਪਹਿਲਾਂ ਧੰਨਵਾਦ ਕਰਨਾ ਆਪਣਾ ਪਤੀ ਦੇ ਕੇ ਤੁਹਾਡੇ ਸੁਹਾਗ ਰੱਖੇ ਪਹਿਲਾਂ ਉਹਦੇ ਉਪਕਾਰ ਵੀ ਯਾਦ ਕਰਨਾ ਮਾਤਾ ਗੁਜਰੀ ਵਰਗੀ ਹੋ ਸਕਦੀ ਹੈ ਕੋਈ ਨਹੀਂ ਹੋ ਸਕਦਾ ਉਹਨਾਂ ਵਰਗਾ ਇਸ ਕਰਕੇ ਬਹੁਤ ਬਹੁਤ ਲੱਖ ਲੱਖ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਬਹੁਤ ਸੋਹਣਾ ਪ੍ਰਸੰਗ ਸਿੰਘ ਸਾਹਿਬ ਜੀ ਸੁਣਾ ਰਿਹਾ ਸੀ ਅਤੇ ਤੁਹਾਡਾ ਬਹੁਤ ਸੰਗਤ ਦਾ ਧੰਨਵਾਦ ਕਿ ਤੁਸੀਂ ਆਏ ਹੋ ਔਰ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਜਿੱਥੇ ਜਿੱਥੇ ਤੁਸੀਂ ਰਹਿ ਰਹੇ ਹੋ ਕੋਈ ਕਿਸੇ ਨੂੰ ਤੰਗੀ ਹੋ ਜਾ ਆ ਕੇ ਮਿਲ ਕੇ ਉਹਦਾ ਖਿਆਲ ਕਰ ਸਕਦਾ ਸਾਰਿਆਂ ਨੂੰ ਮੈਂ ਇੱਥੇ ਆਇਆਂ ਨੂੰ ਜੀ ਆਇਆਂ ਆਖਦਾ ਮੈਂ ਵਧਾਈ ਨਹੀਂ ਦੇ ਸਕਦਾ ਕਿਉਂਕਿ ਅੱਜ ਸ਼ਹਾਦਤ ਦਾ ਦਿਨ ਇਸ ਕਰਕੇ ਤੁਹਾਨੂੰ ਆਇਆਂ ਨੂੰ ਜੀ ਆਇਆਂ ਕਹਿ ਸਕਦਾ ਇਹਨਾਂ ਕੁਝ ਦਾ ਖਿਮਾ ਮੰਗਦਾ ਅਤੇ ਗੱਲ ਬਣ ਕੇ ਫਤਿਹ ਦਾ ਜਵਾਬ ਫਤਿਹ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।